ਦੇਖ ਲਾ ਕਿਵੇਂ ਰੂਹ ਮਾਰਦਾ ਮੇਰੇ ਜਮਾਈ 'ਤੇ, ਵੱਡਾ ਬਣਿਆ ਫਿਰਦਾ। ਜਮਾਈ ਤਾਂ ਮੇਰਾ ਅੱਧਾ ਹੋ ਗਿਆ, ਇਹ ਦੇਖ ਲਾ ਸਾਣ ਵਾਂਗੂ ਹੋਇਆ ਪਿਆ, ਖਵਾਈ ਜਾਂਦੀ ਆ ਇਹਨੂੰ ਸਾਰਾ ਦਿਨ, ਨਾ ਕੁੜੀ ਮੇਰੀ ਸੌਂਦੀ ਆ। ਹੁਣ ਜਮਾਈ ਨੂੰ ਤਾਂ ਮੈਂ ਆਪਦੇ ਨੂੰ ਕੀ ਕਹਾਂ ਵਿਚਾਰੇ। ਮੇਰੀ ਗੱਲ ਸੁਣ, ਮੇਰਾ ਜਮਾਈ ਪੜ੍ਹਿਆ ਲਿਖਿਆ ਹੈ, ਉਹਨੂੰ ਕੀ ਨਹੀਂ ਆਉਂਦਾ ਹੈਗਾ। ਮੈਂ ਪੜ੍ਹੇ ਲਿਖੇ ਮਾਰੀ ਰਿਸ਼ਤਾ ਕੀਤਾ ਸੀ ਵੀ ਮੂਹਰੇ ਇਹ ਰਹੂ, ਮੈਨੂੰ ਕੀ ਪਤਾ ਵੀ ਮੂਹਰੇ ਉਹ ਲੱਗ ਜੂਗਾ। ਮੈਨੂੰ ਇਹ ਗੱਲ ਦਾ ਜਵਾਬ ਦੇ। ਉਹ ਕਿਹੜਾ ਮੇਰੇ ਦੁਸ਼ਮਣ ਆ, ਕੁਛ ਚੰਗਾ ਹੀ ਚਾਹੁੰਦੀ ਹੈ ਮੇਰਾ, ਕਿਉਂਕਿ ਧੀ ਆ ਮੈਂ ਉਹਦੀ, ਕਿਹੜੀ ਮਾਂ ਦੀ ਧੀ ਦਾ ਮਾੜਾ ਚਾਹੁੰਦੀ ਹੁੰਦੀ ਆ। ਚੱਲ ਕੋਈ ਗੱਲ ਨਹੀਂ, ਅੱਜ ਰਾਤ ਨੂੰ ਨਾ ਮੈਂ ਕਰਦੀ ਹਾਂ ਸ਼ਾਮ ਨੂੰ ਇਹਦੇ ਨਾਲ ਗੱਲ, ਮੈਂ ਕਹੂੰਗੀ ਵੀ ਮੈਨੂੰ ਪੈਸੇ ਚਾਹੀਦੇ ਆ। ਖੇਤਾਂ 'ਚ ਵੀ ਘਰ ਪਾਏ ਦਾ ਕੋਈ ਰੇਜ ਨਹੀਂ ਹੈਗਾ, ਗਰਮੀ ਇੰਨੀ ਹੈਗੀ। ਆਹ ਧੰਨ ਜਿਗਰ ਆ, ਆਹ ਝੋਨਾ ਲਾਉਣਾ ਲਿਆਂਦਾ ਵੀ, ਜਿਹੜੀਆਂ ਇੰਨੀ ਗਰਮੀ 'ਚ ਝੋਨਾ ਲਾਈ ਜਾਂਦੀਆਂ ਨੇ ਵਿਚਾਰੀਆਂ, ਮਣਾ ਸਰਦਾ ਹੀ ਨਹੀਂ ਕਾਸੇ ਬਿਨਾਂ। ਉਹ ਤਾਂ ਜੇ ਮੈਂ ਪ੍ਰਾਹੁਣੇ ਨੂੰ ਫੋਨ ਕਰ ਦਿੰਦੀ ਨਾ ਤਾਂ ਲਈ ਜਾਂਦਾ ਮੈਨੂੰ ਕੋਈ ਆ ਕੇ, ਇੱਕ ਗੋਡਿਆਂ ਨੇ ਖਾ ਲਈ, ਗੋਡੇ ਹੀ ਦੁਖਦੇ ਵਾਹਲੇ ਨੇਗੇ। ਇੱਕ ਖੇਤਾਂ 'ਚ ਕੋਠੀ ਪਾ ਕੇ ਬਹਿ ਗਿਆ, ਐਂ ਨਹੀਂ ਹੈਗਾ ਵੀ ਪਿੰਡ 'ਚ ਰਹਿ ਪਈਏ, ਉੱਥੇ ਤਾਂ 100 ਸਾਧਨ ਆਉਂਦੇ ਨੇ, ਹੁਣ ਖੇਤਾਂ ਕਨੀ ਕੌਣ ਆਉਂਦਾ ਗਾ। ਚੱਲ ਮਨਾ ਹੌਲੀ ਹੌਲੀ ਤੁਰੀ ਚੱਲਦੀ ਹੈਗੀ, ਬਸ ਹੁਣ ਕਿਹੜਾ ਆ ਰਹਿ ਗਈ ਬਾਟ। ਓਹੋ ਲੰਮਾਸਾ ਘਰ ਮਿਲਿਆ ਮਸਦਿਆ, ਮੀਤ ਬਾਹਰ ਤਾਂ ਖੁੱਲ੍ਹਾ ਹੀ ਪਿਆ ਗਾ, ਮੈਂ ਵੀ ਕਾਮਲੀ ਆ, ਗਰਮੀ 'ਚ ਪਤਾ ਹੀ ਨਹੀਂ ਲੱਗਦਾ ਹੈਗਾ। ਓਹੋ ਏਡਾ ਘਰ ਹੈਗਾ, ਬਾਹਰ ਖੁੱਲ੍ਹਾ ਰੱਖੀ ਬੈਠੀ ਆ ਕਿ ਇੰਨਾ ਨਹੀਂ ਪਤਾ ਵੀ 100 ਚੋਰੀਆਂ ਠੱਗੀਆਂ ਹੁੰਦੀਆਂ। ਮੀਤੇ ਲੈ ਮਾਂ ਆ ਗਈ, ਮਾਂ ਹੋਰ ਪੁੱਤ ਆ ਗਈ, ਸਤਿ ਸ੍ਰੀ ਅਕਾਲ, ਜਾਂਦੀ ਬਸਦੀ ਰਹਿ। ਹੋਰ ਮਾਂ ਠੀਕ ਆ? ਠੀਕ ਆ, ਕਾਹਦੀਆਂ ਪੁੱਤਾਂ, ਮਾਂ ਇੱਥੇ ਕਿਉਂ ਬਹਿ ਗਈ? ਨਿਸਤਾਮ ਲੈ ਲੈਂਦੇ ਖੜ ਜਾ, ਮੈਂ ਤਾਂ ਗੋਡਿਆਂ ਨਾਲ ਮਸਾਂ ਤੁਰ ਕੇ ਆਈ ਆ। ਤੇ ਮਾਂ ਫਿਰ ਤੈਨੂੰ ਤੁਰਨ ਦੀ ਕੀ ਲੋੜ ਸੀਗੀ, ਤੂੰ ਫੋਨ ਕਰ ਦਿੰਦੀ, ਆਪੇ ਮੈਂ ਇਹਨਾਂ ਨੂੰ ਕਹਿ ਦਿੰਦੀ, ਘਰੇ ਗੱਡੀ ਖੜੀ ਆ, ਬੁਲਟ ਖੜੇ ਆ, ਉਹ ਚੀਜ਼ਾਂ ਦਾ ਕਾਹਦਾ ਸੋਖਾ ਜੋ ਤੂੰ ਪੈਦਲ ਹੀ ਤੁਰ ਕੇ ਆਉਣਾ, ਇੰਨੀ ਧੁੱਪ ਪੈਂਦੀ ਆ ਉੱਤੋਂ। ਨੀ ਧੀਏ, ਮੈਂ ਆਖਿਆ ਕਾਹਨੂੰ ਫੋਨ ਕਰਨਾ ਗਾ, ਨਾ ਨਾ ਤੂੰ ਤਾਂ ਮੈਨੂੰ ਧੀਏ ਦੱਸੇ ਹੀ ਨਹੀਂ। ਮੈਨੂੰ ਤਾਂ ਜਿਹੜੀ ਉਹ ਆਪਣੀ ਤੇਰੀ ਤਾਈ ਨੀ ਅੰਬੋ ਨੰਦੋ, ਹਾਂ ਉਹਨੇ ਦੱਸਿਆ ਆ ਕਿ ਉਹਨਾਂ ਦੇ ਪਿੰਡ ਗਠੀਏ ਦੀ ਦਵਾਈ ਦਿੰਦੇ ਨੇ। ਮੈਂ ਕਿਹਾ ਖਬਰੇ ਮੇਰੇ ਗਠੀਏ ਦੀ ਦਵਾਈ ਲੈ ਕੇ ਗੋਡੀ ਠੀਕ ਹੋ ਜਾਣਾ। ਅੱਛਾ ਮਾਂ ਸਾਡੇ ਪਿੰਡ ਦਿੰਦੇ ਆ, ਫਿਰ ਮੈਂ ਤਾਂ ਤੈਨੂੰ ਦੱਸਾਂ ਤਾਂ ਨਾ ਜੇ ਮੈਨੂੰ ਖੁਦ ਨੂੰ ਪਤਾ ਹੋਵੇ। ਮਾਂ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਜੇ ਕਿਤੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਤਾਂ ਅਸੀਂ ਤੈਨੂੰ ਖੁਦ ਆਪ ਜਾ ਕੇ ਲਿਆਉਂਦੇ ਤੇ ਦਵਾਈ ਦਵਾ ਕੇ ਲਿਆਉਂਦੇ। ਇਹ ਕਿਹੜੀ ਗੱਲ ਕਰਦੀ ਹੈ ਧੀ ਆ ਮੈਂ ਤੇਰੀ ਆਖਰ ਨੂੰ? ਨਹੀਂ ਧੀਏ, ਕਾਹਦੇ ਮੈਨੂੰ ਤਾਂ ਤੁਹਾਡਾ ਆਹ ਸਿਸਟਮ ਠੀਕ ਨਹੀਂ ਲੱਗਿਆ। ਅੱਗੇ ਪਿੰਡ 'ਚ ਰਹਿੰਦੇ ਸੀ, ਦੁੱਖ ਸੁੱਖ ਸੁਣਦੇ ਸੀ, ਕਿਸੇ ਦਾ ਆਏ ਗਏ ਦਾ ਪਤਾ ਲੱਗਦਾ ਸੀ। ਆ ਬਹਿ ਗਈ ਖੇਤਾਂ 'ਚ ਕੋਠੀ ਪਾ ਕੇ, ਕੱਲੀ ਰਹਿ ਗਈ ਇੱਥੇ, ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਇੱਧਰ ਕੋਈ ਮੋਟਰਸਾਈਕਲ ਵਾਲਾ ਵੀ ਨਹੀਂ ਮੱਚਦਾ ਆਉਂਦਾ। ਚੱਲ ਕੋਈ ਗੱਲ ਨਹੀਂ ਮਾਂ, ਆ ਜਾ ਤੂੰ ਅੰਦਰ ਆ ਜਾ, ਅੰਦਰ ਬਹਿ ਕੇ ਗੱਲਾਂ ਕਰਦੇ ਆ। ਇੱਥੇ ਨਾ ਸੇਕ ਭਰੀ ਜਾਂਦਾ, ਲੋ ਵਾਲੀ ਆ, ਤੇ ਉੱਥੇ ਬਹਿੰਦੇ ਆ ਏਸੀ ਛੱਡ ਕੇ, ਆ ਜਾ ਠੰਡੀ ਹਵਾ 'ਚ ਨਾਲੇ ਚਾਹ ਚੂ ਪੀਨੇ ਆ, ਆ ਜਾ। ਆਹ ਗੋਡੇ ਨੇ ਤਾਂ ਮੈਂ ਜਮਾ ਹੀ ਲੈ ਲਈਏ, ਤਾਂ ਮੱਚ ਗਿਆ ਜਮਾ। ਆ ਜਾ ਮਾਂ, ਨਾਲੇ ਕੋਠੀ ਦੀ ਕੀ ਤੂੰ ਗੱਲ ਕਰਦੀ ਆ। ਕੋਠੀ ਤਾਂ ਨਾ ਬਾਈ ਨੇ ਕਹਿਤਾ ਸੀਗਾ ਵੀ ਆਪਾਂ ਬਾਹਰ ਬਾਹਰ ਖੁੱਲੇ 'ਚ ਪਾਉਣੇ ਆ, ਨਾਲੇ ਤਾਂ ਹਵਾ ਖੁੱਲੀ ਆਉਂਦੀ ਆ ਮਾਂ, ਨਾਲੇ ਦਾਲ ਸਬਜ਼ੀ ਘਰੀ ਬੀਜ ਲੈਂਦੇ ਆ ਕਿ ਤੈਨੂੰ ਪਤਾ ਫਿਰ ਜੋ ਕੁਝ ਬਾਈ ਕਹਦੇ ਇਸ ਤੋਂ ਹੀ ਕਰਦੇ ਆ। ਤੁਸੀਂ ਤਾਂ ਸਾਰਾ ਦਿਨ ਨਾ ਬਾਈ ਬਾਈ ਕਰੀ ਜਾਂਦੇ ਹੋਗੇ, ਮੇਰੀ ਗੱਲ ਸੁਣ, ਆਪਦੇ ਮਸਾਈ ਘਰੋਂ ਵੀ ਕੁਝ ਕਰ ਲਿਆ ਕਰੋ ਚੰਗਾ। ਕੋਈ ਨਹੀਂ ਮਾਂ, ਹੋਰ ਦੱਸ ਉੱਥੇ ਪੇਕੇ ਕਿਵੇਂ? ਮੇਰਾ ਭਰਾ ਭਰਜਾਈ ਠੀਕ ਸੀ? ਵਧੀਆ। ਲੈ ਚੰਗੇ ਭਲੇ ਸੀ, ਉਹਨਾਂ ਨੂੰ ਕੀ ਹੋਇਆ ਗਾ? ਮਾਂ ਇਹ ਕਾਹਤੋਂ ਬੋਲਦੀ ਹੁੰਦੀ ਆ?
ਨੀ ਪੁੱਤ, ਜਿਹੜਾ ਕੱਟੇ ਸੋਈ ਜਾਣੇ, ਤੈਨੂੰ ਕੀ ਪਤਾ ਗਾ ਮੇਰੇ ਨਾ ਕੀ ਕੁਛ ਕਰਦੇ ਨੇ ਗੇ। ਜੇ ਚੱਜਦੇ ਹੁੰਦੇ ਮੈਂ ਉੱਥੇ ਹੀ ਨਾ ਦਵਾਈ ਲੈ ਲੈਂਦੀ ਬੈਠੀ, ਜਾਂ ਮੋਟਰਸਾਈਕਲ ਤੇ ਗੱਡੀ ਤੇ ਮੈਨੂੰ ਆਪ ਲਿਆਉਂਦਾ। ਚੱਲ ਕੋਈ ਨੀ ਮਾਂ, ਤੂੰ ਵੀ ਨਾ ਆਪਦਾ ਬਲੱਡ ਐਵੇਂ ਨਾ ਵਧਾਇਆ ਕਰ। ਦੇਖ ਮੇਰੀ ਭਰਜਾਈ ਭਰਾ ਤਾਂ ਨਾ ਮੈਨੂੰ ਦਿਨ 'ਚ ਚਾਰ ਚਾਰ ਵਾਰੀ ਫੋਨ ਕਰਦੇ ਆ, ਜੇ ਵੀਰਾ ਨਾ ਕਰੇ ਤਾਂ ਭਾਬੀ ਲਾ ਲੈਂਦੀ ਆ, ਭਾਬੀ ਨਾ ਕਰੇ ਤਾਂ ਵੀਰਾ ਲਾ ਲੈਂਦਾ। ਇੰਨੇ ਚੰਗੇ ਭਾਅ ਭਰਜਾਈ ਕਿਹਨੂੰ ਮਿਲਨੇ ਆ? ਤੇਰੇ ਵਾਸਤੇ ਚੰਗੇ ਨੇ, ਮੋਮੋ ਠਗਣੀ ਹੈਗੀ ਉਹ, ਜਾਣ ਕੇ ਫੋਨ ਕਰਦੇ ਨੇ ਕਿ ਹਾਥੀ ਦੇ ਦੰਦ ਦਿਖਾਉਣ ਦੇ ਕੁਛ ਹੋਰ ਆਉਂਦੇ ਨੇ ਤੇ ਖਾਣ ਦੇ ਕੁਛ ਹੋਰ ਆਉਂਦੇ ਨੇ। ਮੈਨੂੰ ਤਾਂ ਪਾਣੀ ਦਾ ਗਲਾਸ ਨਹੀਂ ਪੁੱਛਦੇ ਹੈਗੇ, ਫੋਨ ਤੇ ਕਿਹੜਾ ਬਿੱਲ ਆਉਣਾ ਗਾ। 250 ਦਾ ਕੇਰਾ ਨੈਟ ਪਵਾ ਲੈਂਦੀ ਆ, ਉਹਨੂੰ ਕਿਤੇ ਤਾਂ ਫੂਕਣਾ ਹੀ ਹੈਗਾ। ਫਿਰ ਕੰਮ ਤੋਂ ਟਾਲਦੀ, ਕਦੇ ਤੈਨੂੰ ਲਾ ਲਿਆ ਫੋਨ, ਕਦੇ ਕਿਸੇ ਨੂੰ ਲਾ ਲਿਆ। ਮਾਂ ਮੇਰੀ ਗੱਲ ਸੁਣ, ਅੱਜ ਕੱਲ ਜਦੋਂ ਘਰਾਂ ਦੇ ਕੰਮ ਨਿਬੜ ਜਾਂਦੇ ਆ ਨਾ, ਉਹ ਵੀ ਕੀ ਕਰੇ ਫਿਰ, ਮੁੜ ਕੇ ਹਰ ਕੋਈ ਅੱਜ ਕੱਲ ਫੋਨ ਦੇਖੀ ਜਾਂਦਾ, ਜੇ ਉਹ ਦੇਖ ਲੈਂਦੀ ਆ ਬਹਿ ਕੇ ਫਿਰ ਕਿੱਡੀ ਕੁ ਗੱਲ ਹੋ ਗਈ। ਮੇਰੀ ਗੱਲ ਸੁਣ ਧੀਏ, ਦਰਾਣਾ ਜਠਾਣਾ ਹੁੰਦਾ ਗਾ ਉਹਦੇ ਨਾਲ ਤਾਂ ਅਗਲਾ ਐਂ ਕਰਦਾ ਗਾ ਵੀ ਭਾਂਡੇ ਤੈ ਮਾਂਜਣੇ ਨੇ, ਸੱਸ ਸਹੁਰੇ ਨਾਲ ਕੌਣ ਕਰਦਾ ਹੁੰਦਾ ਗਾ। ਹੈਂ, ਮੈਂ ਕਿਹਦੇ ਮਾਰੀ ਤੁਰੀ ਫਿਰਦੀ ਆ, ਇਹਨਾਂ ਦੀ ਮਾਰੀ ਫਿਰਦੀ ਸੀਗੀ। ਹੈਂ, ਚੰਗੀ ਨੌਕਰੀ ਮਿਲ ਗਈ, ਚੰਗਾ ਪਾਲਤਾ ਪਲੋਸਤਾ, ਅੱਗੇ ਜਦੋਂ ਤੀਵੀਆਂ ਆ ਜਾਂਦੀਆਂ ਨੇ ਤੀਵੀਆਂ ਦੇ ਬਣ ਜਾਂਦੇ ਨੇ, ਮਾਂ ਨੂੰ ਕੌਣ ਪੁੱਛਦਾ ਗਾ। ਮਾਂ ਚੱਲ ਕੋਈ ਨੀ, ਉਹ ਵੀ ਬਗਾਨੇ ਘਰ ਦਿੱਤੀ ਆ, ਆਖਰ ਨੂੰ ਤੂੰ ਉਹਨੂੰ ਝੋਲੀ ਪਾ ਕੇ ਲਿਆਈ ਆ। ਐਵੇਂ ਨਾ ਬੋਲਿਆ ਕਰ, ਮੈਨੂੰ ਪਤਾ ਤੇਰਾ, ਤੂੰ ਬਲੱਡ ਵਧਾ ਲੈਨੀ ਆ, ਭਾਬੀ ਦਾ ਇਹ ਜਿਹਾ ਸੁਭਾਅ ਨਹੀਂ ਹੈਗਾ। ਨੀ ਧੀਏ, ਤੂੰ ਵੀ ਉਹਦੀਆਂ ਗੱਲਾਂ ਤੇ ਗੋਗਾ ਕਰਦੀਆਂ, ਮੇਰੀ ਤਾਂ ਇੱਕ ਗੱਲ ਵੀ ਨਹੀਂ ਸੁਣਦੇ, ਬਲੱਡ ਤਾਂ ਤੂੰ ਮੇਰਾ ਉਈ ਵਧਾ ਦਿੰਦੀ ਹੈਗੀ। ਚੱਲ ਕੋਈ ਗੱਲ ਨੀ ਮਾਂ, ਮੇਰੀ ਗੱਲ ਸੁਣ, ਮੈਂ ਨਾਲੇ ਤਾਂ ਬਣਾਉਣੀ ਆ ਚਾਹ, ਨਾਲੇ ਨਾ ਉਹਨਾਂ ਨੂੰ ਮੈਂ ਫੋਨ ਕਰ ਦਿੰਦੀ ਆ, ਘਰੇ ਆ ਜਾਂਦੇ ਆ, ਫਿਰ ਚਾਹ ਪਾਣੀ ਪੀ ਕੇ ਬਹਿ ਕੇ ਦੇਖ ਲਈ। ਜੇ ਤਾਂ ਸ਼ਾਮ ਨੂੰ ਜਾਣਾ ਹੋਇਆ ਦਵਾਈ ਲੈਣ ਤਾਂ ਤੈਨੂੰ ਸ਼ਾਮ ਨੂੰ ਦਵਾ ਲਿਆਉਣਗੇ, ਤੇ ਨਹੀਂ ਆਪਾਂ ਕੱਲ ਨੂੰ ਜਾ ਕੇ ਦਵਾਈ ਲੈ ਆਵਾਂਗੇ। ਧੀਏ, ਕੋਈ ਨਾ, ਕੱਲ ਨੂੰ ਲਿਆਊ, ਪਰਸੋਂ ਨੂੰ ਲਿਆਊ, ਹਜੇ ਮੈਂ ਕਿਤੇ ਨਹੀਂ ਜਾਂਦੀ, ਉਰੇ ਲਾਊ ਮੈਂ 10-15 ਦਿਨ। ਉਹੀ ਗੱਲ ਆ, ਮਾੜੇ ਟਾਈਮ ਵਾਸਤੇ ਧੀਆਂ ਹੁੰਦੀਆਂ ਨੇ ਗੀਆਂ। ਹਾਂ ਮਾਂ, ਬਾਲੀ ਚੰਗੀ ਗੱਲ ਹੈ ਜੇ ਤੂੰ 10-15 ਦਿਨ ਰਹੇਗੀ, ਨਾਲੇ ਮੇਰਾ ਵੀ ਜੀ ਲੱਗਿਆ ਰਹੂ, ਮਾਵਾਂ ਕਿਹਨੇ ਸਿੱਟੀਆਂ ਨੇਗੀਆਂ। ਮੈਂ ਹੋਰ ਆਪਦੀ ਧੀ ਕੋਲੇ ਕਾਹਤੋਂ ਆਈ ਆ, ਤਾਂ ਹੀ ਉਹ ਆਈ ਆ, ਤੂੰ ਤਾਂ ਮੈਨੂੰ ਸਾਂਭ ਲੇਂਗੀ, ਉਹਨਾਂ ਨੇ ਮੈਨੂੰ ਕਿਹੜਾ ਸਾਂਭਣਾ ਗਾ। ਹੈਂ, ਜਿਵੇਂ ਡਾਕਟਰ ਦੱਸੂਗਾ ਮੈਂ ਉਵੇਂ ਚੁੱਕਰੀ ਆਰਾਮ ਕਰ ਲੂੰਗੀ, ਦਵਾਈ ਖਾ ਲੂੰਗੀ, ਨਹੀਂ ਤੈਨੂੰ ਪਤਾ ਗਾ ਉੱਥੇ ਤਾਂ ਜਾ ਕੇ ਭਾਂਡਿਆਂ ਦਾ ਢੇਰ ਹੀ ਮਾਂਜਣਾ ਮੈਂ। ਮਾਂ ਚੱਲ ਕੋਈ ਗੱਲ ਨੀ, ਇੱਥੇ ਤੂੰ ਆਰਾਮ ਕਰ, ਆਪਦੀ ਦਵਾਈ ਲੈ, ਜਮਾਂ ਜਦੋਂ ਸੈੱਟ ਹੋ ਗਈ ਨਾ ਉਦੋਂ ਜਾਈ, 15 ਦਿਨਾਂ ਦਾ ਵੀ ਚਾਹੇ ਮਹੀਨਾ ਰਹਿ ਲਈ, ਸਾਨੂੰ ਕੀ ਦੁੱਖ ਆ ਤੇਰਾ, ਸਵਾ ਮੈਨੂੰ ਤਾਂ ਸੁੱਖ ਹੀ ਆ। ਗਰਮੀ ਦੇ ਦਿਨ ਆ, ਐਡੇ ਐਡੇ ਵੱਡੇ ਦਿਨ, ਇਹ ਖੇਤ ਚੱਲ ਜਾਂਦੇ ਆ, ਮੁੜ ਕੇ ਮੈਂ ਇਕੱਲੀ ਰਹਿ ਜਾਂਦੀ ਆ ਘਰੇ, ਆਪਣਾ ਟਾਈਮ ਪਾਸ ਹੋ ਜਾ ਕਰੂ ਵਧੀਆ। ਚੱਲ ਕੋਈ ਨਾ ਧੀਏ, ਤੂੰ ਚਾਹ ਦੀ ਘੁੱਟ ਲਿਆ ਦੇ, ਨਾ ਮੈਨੂੰ ਪਾਣੀ ਲਿਆ ਦੇ। ਮਾਂ ਕੋਈ ਨੀ, ਮੈਂ ਚਾਹ ਕਰਦੀ ਆ, ਨਾਲੇ ਉਹਨਾਂ ਨੂੰ ਫੋਨ ਕਰਦੀ ਆ, ਦੇਖਦੀ। ਨਾ ਧੀਏ, ਫੋਨ ਨਾ ਉਹਨੂੰ ਕਰੀ, ਲੈ ਇਹ ਵੀ ਅੱਧੀ ਗੱਲ ਸੁਣਦੀ ਆ ਵੀ ਉਹਨੂੰ ਫੋਨ ਕਰਕੇ ਜਵਾਕ ਨੂੰ ਹੁਣ ਕਾਹਤੋਂ ਸੱਦਣਾ ਗਾ, ਉਹਨੂੰ ਕਰ ਲੈਂਦੇ ਜਿਹੜਾ ਆਪਦਾ ਕੋਈ ਕੰਮ ਕਰਦਾ ਗਾ। ਹਜੇ ਕਿਹੜਾ ਮੈਂ ਅੱਜ ਹੀ ਤੁਰੀ ਜਾਂਦੀ ਹੈਗੀ, ਹਜੇ ਮੈਂ ਲਾਊਂਗੀ 15-20 ਦਿਨ, ਚਲੇ ਆਏ ਤਾਂ ਕਹਿੰਦੇ ਮਹੀਨਾ ਲਾ ਜੀ, ਜੇ ਮਹੀਨੇ ਦਾ ਕੋਈ ਉਹ ਹੋਇਆ ਮੈਂ ਤਾਂ ਮਹੀਨੇ ਹੀ ਰਹਿ ਜੂੰਗੀ। ਲੈ ਸਰਦਾਰਾਂ ਨੇ ਮੋਟਰ ਜੀ ਪਿੱਛੇ ਜਵਾਬ ਦੇ ਤਾ, ਗੱਲ ਕਰੂੰਗਾ ਵੀ ਕੱਸੀ ਦਾ ਪਾਣੀ ਹੈਗਾ ਆਪਣੇ ਕੋਲ 5 ਘੰਟੇ, ਉਹਦਾ ਜੇ 5 ਘੰਟੇ 'ਚ ਹੋਣਾ ਚਾਹੀਦਾ। ਹੁਣ ਚੱਲ ਉਹ ਦੂਜੇ ਕਹਿੰਦੇ ਸੀ ਸਰਦਾਰਾਂ ਵਾਲੇ ਵੀ ਸਾਡੀ ਮੋਟਰ ਛੱਡ ਲਾ, ਪਰ ਉਹ ਪਿੱਛੋਂ ਛੱਡ ਕੇ ਲਿਆਉਣੀ ਪਊ ਮੋਟਰ, ਜੇ ਘਟਿਆ ਪਤਾ ਤਾਂ ਚੱਲ ਉਹਨਾਂ ਦੀ ਮੋਟਰ ਛੱਡ ਲਾਂਗੇ, ਉਹ ਨਹੀਂ ਜਵਾਬ ਦਿੰਦੇ, ਉਹ ਵਿਚਰ ਲਾ ਲਾਂਗੇ ਚੱਲ ਇੰਨੇ ਨਾਲ ਮਾੜਾ ਮੋਟਾ। ਰਾਮਜੂ ਸਰ ਆ ਗਿਆ, ਬੰਟੂ ਬੰਟੂ ਠੀਕ, ਇਕੱਲਾ ਹੀ ਗੱਲਾਂ ਕਰੀਆਂ ਨਾ ਬਈ। ਉਹ ਯਾਰ ਉਹਨਾਂ ਨੇ ਮੋਟਰ ਪੁੱਛ ਕੇ ਆਇਆ ਸੀ ਸਰਦਾਰਾਂ ਦੀ, ਸਰਦਾਰਾਂ ਨੇ ਦਿੱਤਾ ਜਵਾਬ, ਜਵਾਬ ਦਿੱਤਾ। ਹਾਂ, ਜਿਹੜੇ ਉਹਨਾਂ ਦੇ ਦੂਜੇ ਘਰ ਵਾਲੇ ਸੀ ਉਹ ਉਹਨਾਂ ਦੀ ਮੋਟਰ ਆਈ ਪਿੱਛੇ, ਉਹ ਕਹਿੰਦੇ ਸਾਡੀ ਮੋਟਰ ਛੱਡ ਲਈ, ਉਹਨਾਂ ਦੀ ਮੋਟਰ ਛੱਡ ਲਾਂਗੂ ਤਾਂ 5 ਘੰਟੇ ਹੈਗੇ ਆ, ਉਦੋਂ ਤਾਂ ਊਂ ਤਾਂ ਲੱਗਣਾ ਵੀ ਚਾਹੀਦਾ, ਮੰਨ ਕੇ ਚੱਲ 2 ਕਿੱਲੇ ਇਹ, 2 ਕਿੱਲੇ ਹਾਂ, 4 ਕਿੱਲੇ ਪਾਣੀ ਹੋ ਜੇ, ਕੱਦੂ ਇੱਕ ਵਾਰੀ 'ਚ ਹੋ ਜੂਗਾ ਸੌਖੇ ਰਹਾਂਗੇ, ਨਾ ਕੋਈ ਨਾ ਪੁੱਛ ਲਾਂਗੇ ਫਿਰ।
ਹਾਂ ਉਹ ਕਹਿੰਦੇ ਛੱਡ ਲਈ ਪਿੱਛੋਂ, ਦੂਜੇ ਨੇ ਦੂਜੇ ਘਰਾਂ ਵਾਲੇ ਕਹਿੰਦੇ ਸੀ ਉਹ ਛੱਡ ਲਾਂਗੇ, ਜੇ ਇਹਨਾਂ ਨਾ ਦਿੱਤੀ ਉਹ ਤਾਂ ਕੱਸੀ ਦੀ ਵਾਰੀ ਹੈਗੀ ਹੈ, 5 ਘੰਟੇ ਹੋ ਹੀ ਜਾਊਗਾ, ਜੇ ਮਾੜਾ ਮੋਟਾ ਘੱਟ ਹੋਈ ਤਾਂ ਛੱਡ ਲਾਂਗੇ, ਵਿੱਚ ਫਿਰ ਇਕੱਠੀ ਹੋ ਜਾਊਗਾ, ਇਕੱਠਾ ਕੱਦੂ ਹੋ ਜਾਊਗਾ। ਤੇ ਦਵਾਈ ਫੜ ਲਿਆ ਸੀ? ਦਵਾਈ ਤਾਂ ਉਹ ਕਹਿੰਦਾ ਵੀ ਕੱਲ ਨੂੰ ਲੈ ਕੇ ਜਾਇਓ ਕਹਿੰਦਾ। ਤੇ ਪੈਸੇ? ਪੈਸੇ ਤਾਂ ਹੈਗੇ ਆ ਨਾਲੇ, ਕੋਈ ਰੱਖ ਆਪਦੇ ਕੋਲੇ, ਤੂੰ ਮੈਂ ਤੈਨੂੰ ਐਂ ਕਹਿੰਦਾ ਸੀ ਚੱਲ ਇਹ ਤਾਂ ਕੱਦੂ ਤਾਂ ਹੋ ਜੂਗਾ ਕੱਲ ਨੂੰ, ਠੀਕ ਹੈ, ਵਾਰੀ ਵੀ ਮਿਲ ਜੂਗੀ ਤੇ ਮੋਟਰ ਵੀ ਮਿਲੇਗੀ। ਤੇ ਇੱਕ ਤਾਂ ਉਹ ਝੋਨੇ ਆਏ ਨੂੰ ਕਹਿ ਦੀ ਇਹਨਾਂ ਕੋਲੇ ਜਾ ਆਏ ਇਹਨਾਂ 1000 ਰੁਪਏ ਦੇ ਇਹਨਾਂ ਨੂੰ, ਤੈਨੂੰ ਪਤਾ ਇਹ ਮੌਕੇ ਤੇ ਫਿਰ ਨਾ ਮਿਲੇ ਤਾਂ ਮਣ ਕੇ ਆਪਾਂ ਮਸਾਂ ਪਾਣੀ ਆਪਾਂ ਲੈ ਕੇ ਕੱਦੂ ਕਰਿਆ, ਠੀਕ ਹੈ। ਕੋਈ ਨਾ ਫਿਰ ਐਂ ਕਰਦਾ ਹੁਣ ਮੈਂ ਜਾਊਂਗਾ ਜਦੋਂ ਉਹਨਾਂ ਵੱਲ ਹੀ ਵਗ ਜਾਊਂਗਾ। ਹਾਂ ਪਹਿਲਾਂ ਉਹਨਾਂ ਵੱਲ ਜਾਈ, ਉਹਨੂੰ ਕਿਹਾ ਵੀ ਕੱਲ ਨੂੰ ਅਸੀਂ ਕੱਦੂ ਕਰ ਦਾਂਗੇ 4 ਕਿੱਲੇ, 2-2.5 ਵਜੇ ਤੋਂ ਬਾਅਦ ਤੁਸੀਂ ਲੱਗ ਜਾਓਗੇ ਲਾਉਣ ਭਾਈ, ਠੀਕ ਹੈ ਨਾ, ਫਿਰ ਆਪਣਾ ਲਾ ਕੇ ਫਿਰ ਮੜ ਕੇ ਹੋ ਜੂਗਾ। ਹਾਂ ਉਹਨਾਂ ਨੂੰ ਕੋਈ ਨਾ ਮੈਂ ਸ਼ਾਮ ਨੂੰ ਜਾਊਂਗਾ। ਹਾਂ ਪੱਕਾ ਕਰਿਆ, ਕੱਲ ਨੂੰ ਕਹਿੰਦਾ ਸਾਡੀ ਵਾਰੀ ਹੈ, ਬੁੱਧਵਾਰ ਨੂੰ ਅਸੀਂ ਰਮਾ ਕੇ ਕਹਿ ਭਰ ਦਾਂਗੇ ਤੇ ਕੱਦੂ ਕਰ ਦਾਂਗੇ, 2-2.5 ਵਜੇ ਨੂੰ ਕੱਦੂ ਕਰ ਦਾਂਗੇ, ਉਹ ਤੋਂ ਪਹਿਲਾਂ ਆ ਕੇ ਫੱਕ ਪੱਟ ਲਿਓ ਤੇ ਨਾਲ ਦੀ ਨਾਲ ਲਾਉਣ ਲੱਗ ਜਾਏਗਾ। ਨਾ ਨਾ ਕੋਈ ਨਾ ਕੋਈ ਨਾ ਬਾਈ, ਤੂੰ ਬੇਫਿਕਰ ਹੋ ਜਾ, ਹੁਣ ਉਹਦੇ ਵੱਲ ਤਾਂ ਮੈਂ ਜਾਊਂਗਾ। ਤੇ ਉਹ ਮੈਂ ਕਹਿੰਦਾ ਸੀਗਾ ਉਮੀਦ ਸੂਟ ਨੂੰ ਕਹਿੰਦੀ ਸੀ ਮੈਂ ਫਿਰ 1000 ਰੁਪਇਆ ਰੱਖਣਾ ਇਹਦੇ 'ਚੋਂ, ਰੱਖ ਲਈ ਕੋਈ ਨਾ ਦੇ ਦੇ ਦੀ ਉਹਨਾਂ ਨੂੰ, ਤਾਂ ਵੱਧੀ ਫੜ ਕੇ ਲਿਆਇਆ ਉਹ ਤਾਂ 5-7 ਹਜ਼ਾਰ ਵੀ ਦੇਵਾਂਗੇ ਉਹਨਾਂ ਨੂੰ ਪਹਿਲਾਂ, ਫਿਰ ਜੋ ਸਾਰਾ ਬਾਹਣ ਲੱਗ ਗਿਆ ਫਿਰ ਬਾਅਦ 'ਚ ਰੁਪਏ ਦੇਵਾਂਗੇ, ਤੈਨੂੰ ਪਤਾ ਜੇ ਇਹਨਾਂ ਪਹਿਲਾਂ ਰੁਪਏ ਦੇ ਤੇ ਫਿਰ ਇਹ ਹੋਰ ਪਾਸੇ ਭੱਜ ਲੈਂਦੇ ਆ। ਚੱਲ ਠੀਕ ਹੈ, ਹਾਂ ਉਹਨਾਂ ਨੂੰ ਤਾਂ 1000 ਰੁਪਏ ਦੇ, ਕੋਈ ਗੱਲ ਨਹੀਂ ਜੇ ਰੱਖ ਲਈ ਉਮੀਦ ਨੂੰ ਦੇ ਦੇ ਤਾਂ ਲਿਆਊਗੀ ਸੂਟ ਆਪਾਂ, ਕੋਈ ਗੱਲ ਨਹੀਂ ਜਿਹੜਾ ਲਿਆਉਣੀ। ਹਾਂ ਉਹ ਪਰ ਆ ਜਾਂਦਾ, ਤੈਨੂੰ ਹੁਣ ਪੁੱਛਣਾ ਜ਼ਰੂਰੀ ਹੈ, ਉਮੀਦ ਕਹੀ ਜਾਂਦੀ ਸੀ ਮੈਂ ਚੱਲ ਮੈਂ ਪੁੱਛ ਲੂੰਗਾ ਬਾਈ ਨੂੰ, ਉਹ ਕਿਹੜਾ ਜਵਾਬ ਦਿੰਦਾ ਮੈਂ। ਹਾਂ ਜਿਹੜਾ ਕੋਈ ਹੁਣ ਕੱਪੜਾ ਲੀੜਾ ਲੈਣਾ ਘਰੇ ਉਹ ਤਾਂ ਲੈਣਾ ਪੈਂਦਾ ਹੁੰਦਾ, ਚੱਲ ਇਹ ਤਾਂ ਚੱਲੀ ਜਾਂਦਾ ਰਹਿੰਦਾ ਦੁਨੀਆ ਦਾ ਸਪਰੇਅ, ਫਿਰ ਮੈਂ ਤੜਕੇ ਲਿਆਉਂਗਾ ਜਾ ਕੇ ਤੜਕੇ। ਹਾਂ ਸਨੇ ਗੱਲ ਕਰਕੇ ਇਹਦਾ ਲੱਗੂਗਾ ਮੈਨੂੰ ਐਸੀ, ਅੱਜ ਉਹ ਕਹਿੰਦਾ ਹੈ ਹੀ ਨਹੀਂ, ਜਦੋਂ ਕਹਿੰਦਾ ਫਿਰ ਮੈਂ ਚੱਲ ਹੁਣ ਹੈ ਹੀ ਨਹੀਂ ਤਾਂ ਹੱਲ ਵੀ ਕੋਈ ਨਹੀਂ। ਚੱਲ ਕੋਈ ਨਾ, ਇਹ ਤਾਂ ਤੂੰ ਨਹੀਂ ਹੈਗੀ, ਚੱਲ ਉਹ ਆਜੂ ਤੜਕੇ ਆਜੂ ਵੀ, ਹੁਣ ਤਾਂ ਮੰਨ ਕੇ ਚੱਲੋ ਕੱਦੂ ਕਰਨ ਤੋਂ ਬਾਅਦ ਹੀ ਸਿੱਟਾਂਗੇ। ਤੇ ਗੱਲ ਕਰ ਜਿਹੜੀ ਦੂਜੀ ਯੂਰੀਆ ਰੇਹ ਸੀ ਉਹ ਮੈਂ ਚੱਕ ਲਿਆ ਸੀ ਦੁਪਹਿਰੇ ਘਰੇ ਪਈ ਹੈ, ਠੀਕ ਹੈ, ਤੜਕੇ ਪਹਿਲਾਂ ਸਵੇਰੇ ਆ ਕੇ ਉਹ ਪਾਵਾਂਗੇ ਸਾਰੀ। ਠੀਕ ਹੈ ਠੀਕ ਹੈ, ਠੀਕ ਹੈ ਨਾ, ਥੱਲੇ ਐਂ ਨਾ ਬਾਅਦ 'ਚ ਪਾਣੀ 'ਚ ਔਖੇ ਹੋ ਜਾਣ, ਪਹਿਲਾਂ ਥੱਲੇ ਹੀ ਸਿੱਟ ਦਾਂਗੇ ਸਾਰਾ ਸਮਾਨ, ਥੱਲੇ ਸਿੱਟ ਕੇ ਉੱਤੇ ਮਾਰ ਕੇ ਪਾਣੀ ਲਾ ਕੇ ਫਿਰ ਕੱਦੂ ਕਰਾਂਗੇ। ਜਿਹੜਾ ਵਿੱਚ ਮਨ 'ਚ ਨਾ ਗਰਮੀ ਵਾਲੀ ਹੈ ਨਾਲੇ ਤੋਰਾ ਫੇਰਾ ਨਹੀਂ ਹੁੰਦਾ ਯਾਰ, ਪਹਿਲਾਂ ਵਾਲੀਆਂ ਗੱਲਾਂ ਗਈਆਂ ਹੁਣ ਆਹ ਵੀ ਗੱਲ ਤਾਂ ਸੁੱਕੇ ਬਾਂਹ 'ਚ ਸਿੱਟਦੇ ਰਲਣਾ ਤਾਂ ਮਿੱਟੀ 'ਚ ਹੀ ਹੈ ਸਾਰਾ ਕੁਛ। ਚੱਲ ਮੇਰੀ ਗੱਲ ਸੁਣ, ਹੁਣ ਕੋਈ ਕੰਮ ਤਾਂ ਹੈ ਨਹੀਂ, ਚੱਲ ਫਿਰ ਘਰੇ ਚੱਲੀਏ ਆਪਾਂ। ਹਾਂ ਚੱਲ ਘਰੇ ਵਗ ਚੱਲਦੇ ਹੁਣ ਤਾਂ, ਚੱਲ ਕੋਈ ਕੰਮ ਨਹੀਂ, ਮੋਟਰਸਾਈਕਲ ਖੜਾ ਉਸ ਦੀ ਚੱਲ। ਉਹ ਚੱਲ ਬਾਹਰ ਖੁੱਲ੍ਹਾ ਹੀ ਪਿਆ ਤੋ ਪਸ਼ੂ ਵੀ ਧੁੱਪੇ ਖੜੇ, ਮੈਂ ਐਂ ਕਰਦਾ ਪਾਣੀ ਤਾਂ ਨਹੀਂ ਪਿਆਦਾ, ਤੂੰ ਮੀਤ ਨੂੰ ਕਹਿ ਘੁੱਟ ਚਾਹ ਬਣਾ ਲੂ। ਚੱਲ ਮੈਂ ਫਿਰ ਕਹਿ ਦੇ, ਹੋਰ ਮੈਂ ਉਹਨੂੰ ਕਹਿੰਦਾ ਤਾਂ ਫੌਜ ਜੇ ਪਰ ਹਟਾ ਦਾ ਨਾ, ਉਹਨੇ ਪਾਣੀ ਤਾਂ ਨਹੀਂ ਪਿਆਦਾ ਯਾਰ ਪਸ਼ੂ। ਜੇ ਤੂੰ ਦਮ ਲੈਣਾ ਦਮ ਲੈ ਲਾ, ਮੈਂ ਹਟਾ ਦਿੰਦਾ। ਨਹੀਂ ਕੋਈ ਨਾ, ਤੂੰ ਚਾਹ ਬਣਵਾ ਲਾ, ਚੱਲ ਚੰਗਾ। ਮੀਤ ਹਾਂਜੀ ਆ ਗਏ? ਹਾਂ ਚਾਹ ਧਰੀ ਬੈਠੀ ਆ, ਬਾਈ ਵੀ ਨਾ ਚਾਹ ਮੰਗਦਾ ਸੀ, ਕਹਿੰਦਾ ਜਾ ਕੇ ਮੀਤ ਨੂੰ ਕਹਦੇ ਚਾਹ ਧਰ ਲਾ। ਮੈਨੂੰ ਪਤਾ ਸੀ ਜੀ ਵੀ ਤੁਹਾਡਾ ਟਾਈਮ ਹੋਇਆ ਪਿਆ, ਤਾਂ ਕਰਕੇ ਮੈਂ ਨਾ ਚਾਹ ਪਹਿਲਾਂ ਹੀ ਧਰ ਲਈ ਸੀ। ਅੱਛਾ ਅੱਛਾ, ਉਹ ਤਾਂ ਠੀਕ ਆ, ਤੇ ਪਸ਼ੂ ਧੁੱਪੇ ਖੜਿਆ ਬੰਨੇ ਨਹੀਂ ਹੈਗੇ ਬਾਈ ਬੋਲੀ ਜਾਂਦਾ ਸੀ, ਹੁਣ ਪਸ਼ੂ ਬੰਨਣ ਲੱਗ ਗਿਆ ਹੋ ਜਾ ਕੇ। ਹਾਏ ਮੈਂ ਤਾਂ ਨਾ ਭੁੱਲ ਗਈ, ਕਿਉਂਕਿ ਮਾਂ ਆਈ ਹੋਈ ਆ ਅੰਦਰ ਤੇ ਮਾਂ ਨਾਲ ਗੱਲਾਂ ਕਰਦੀ ਕਰਦੀ ਮੈਂ ਤਾਂ ਪਸ਼ੂਆਂ ਨੂੰ ਬੰਨਣਾ ਹੀ ਭੁੱਲ ਗਈ। ਚਲ ਉਹ ਤਾਂ ਠੀਕ ਹੈ, ਜਿਹੜਾ ਭੁੱਲ ਗਈ, ਮੇਰੀ ਗੱਲ ਸੁਣ, ਇੰਨੀ ਗਰਮੀ 'ਚ ਮਾਂ ਤੁਰ ਕੇ ਆਈ ਹੈ, ਮੈਨੂੰ ਫੋਨ ਵੀ ਕਰ ਸਕਦੇ ਹੈਗੇ ਸੀ, ਮੈਂ ਜਾ ਕੇ ਉਹਨੂੰ ਬੱਸ ਅੱਡੇ ਤੋਂ ਜਾਂ ਚੇਕੜ ਤੋਂ ਪਿੰਡੋਂ ਹੀ ਗੱਡੀ 'ਚ ਬਿਠਾ ਲਿਆਉਂਦਾ, ਕਿੱਡੀ ਕਿਤੇ ਵੱਡੀ ਗੱਲ ਸੀਗੀ। ਬਿਠਾ ਕੇ ਤਾਂ ਲਿਆਉਂਦੇ ਜੀ, ਜੇ ਮਾਂ ਮੈਨੂੰ ਵੀ ਦੱਸ ਕੇ ਆਉਂਦੀ, ਮਾਂ ਬਿਨਾਂ ਦੱਸੇ ਆਈ ਹੈ, ਜੋ ਮਾੜਾ ਮੋਟਾ ਦੱਸ ਦਿੰਦੀ ਇਸ ਗੱਲ ਪਿੱਛੇ ਤਾਂ ਮੈਂ ਲੜ ਕੇ ਹਟੀ ਹਾਂ। ਮੈਂ ਕਿਹਾ ਮਾਂ ਫੋਨ ਕਰ ਦਿੰਦੀ ਤੈਨੂੰ ਜਾ ਕੇ ਲਿਆਉਂਦੇ, ਘਰੇ ਗੱਡੀ ਖੜੀ ਹੈ, ਬੁਲਟ ਖੜਾ, ਵੀ ਕੋਈ ਤਾਂ ਜਾਂਦਾ ਹੀ ਤੈਨੂੰ ਲੈਣ। ਕਹਿੰਦੀ ਬਸ ਬਸ ਧੀ ਇਹ ਮੈਂ ਆ ਗਈ, ਤੈਨੂੰ ਪਤਾ ਹੀ ਹੈ ਮਾਂ ਦਾ ਬਾਕੀ ਹੈ ਨਾ, ਤੇ ਮਾਂ ਦੇ ਨਾ ਗੋਡੇ ਬਲਾਈ ਜ਼ਿਆਦਾ ਦੁਖੀ ਜਾਂਦੇ ਆ। ਮੈਂ ਕਿਹਾ ਜੇ ਗੋਡੇ ਦੁਖਦੇ ਫਿਰ ਤੂੰ ਫੋਨ ਕਰਨਾ ਸੀ? ਕਹਿੰਦੀ ਮੇਰੇ ਕੋਲ ਕਿਹੜੇ ਫੋਨ ਆ। ਉਹੀ ਤਾਂ ਗੱਲਾਂ ਨੇ ਵੀ ਨਾਲੇ ਤਾਂ ਤੂੰ ਬਿਮਾਰ ਆ, ਨਾਲੇ ਤੂੰ ਫੋਨ ਕਰਕੇ ਨਹੀਂ ਦੱਸਿਆ ਹੈਗਾ, ਫਿਰ ਫਾਇਦਾ ਕੀ ਹੈ। ਚੱਲ ਕੋਈ ਨਾ, ਮੈਂ ਮਾਂ ਨੂੰ ਮਿਲਦਾ ਜਾ ਕੇ। ਕਮਰੇ 'ਚ ਬੈਠੀ? ਹਾਂਜੀ ਅੰਦਰ ਬੈਠੀ ਹੈ, ਜਾਓ ਤੁਸੀਂ, ਮੈਂ ਲੈ ਕੇ ਆਉਣੀ ਚਾਹ ਪਾ ਕੇ। ਕੋਈ ਨਹੀਂ ਅੰਦਰ ਬਹਿ ਜਾਓ ਤੁਸੀਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਜਿਉਂਦਾ ਵਸਦਾ ਰਹਿ, ਹੋਰ ਕਿਵੇਂ ਆ, ਸਾਰੇ ਠੀਕ ਹੈ ਪੁੱਤ? ਵਧੀਆ, ਤੁਸੀਂ ਦੱਸੋ। ਮੈਂ ਤਾਂ ਨਾ ਮੀਤ ਨਾਲ ਹੁਣ ਲੜ ਕੇ ਹਟਿਆ,
ਮੈਂ ਕਿਹਾ ਵੀ ਮੈਨੂੰ ਕਿਉਂ ਨਾ ਦੱਸਿਆ, ਮੁੜ ਕੇ ਮੀਤ ਕਹਿੰਦੀ ਕਹਿੰਦੀ ਮਾਂ ਨੇ ਮੈਨੂੰ ਨਹੀਂ ਦੱਸਿਆ ਹੈਗਾ ਤੂੰ ਕੀ ਲੈਣ ਵਗ ਜਾਂਦਾ, ਦੱਸ ਤਾਂ ਦਿੰਦੀ ਮਾਂ, ਫੋਨ ਕਰ ਦਿੰਦੀ। ਮੇਰੇ ਪੁੱਤ ਤੈਨੂੰ ਪਤਾ ਗਾ ਹੁਣ ਤਾਂ ਆਪ ਕੇ ਆਪਦੇ ਘਰ ਦੀ ਆਪ ਮੁਖਤਿਆਰ ਹੋਈ ਬੈਠੀ ਆ, ਪੜ੍ਹਾਈ ਬਣਾਉਂਦੀ ਮੈਂ ਰਹੇਗੀ, ਸਾਂਭ ਉਹਨੇ ਲੈਤਾ, ਫੋਨ ਵੀ ਨਹੀਂ ਦਿੰਦੇ ਮੈਨੂੰ ਫੋਨ ਕਰਨ ਨੂੰ। ਮਾੜੀ ਗੱਲ ਆ, ਮੈਂ ਜਾਊਂਗਾ ਕਿਸੇ ਦਿਨ ਗੱਲ ਕਰਕੇ ਆਊਂਗਾ ਉਹਦੇ ਨਾਲ। ਮੇਰੇ ਪੁੱਤ ਲੜਾਈ ਤੇ ਲੱਸੀ ਨੂੰ ਕਿੰਨੇ ਹੀ ਵਧਾ ਲਾ, ਤੈਨੂੰ ਪਤਾ ਤਾਂ ਹੈਗਾ ਆ ਕੇ ਮਾਰਦੇ ਨੀ ਡਾਂਗ ਫੜ ਲੇਗਾ, ਬੋਲਦੇ ਦੀ ਜੀਭ ਤਾਂ ਨੀ ਫੜੀ ਜਾਂਦੀ, ਖਬਰੇ ਕੀ ਬੋਲੂ ਉਹ। ਚੱਲ ਕੋਈ ਨਾ, ਮੈਂ ਤਾਂ ਪਹਿਲਾਂ ਵੀ ਮੀਤ ਨੂੰ ਕਹਿਣਾ ਹੁੰਦਾ ਵੀ ਜੇ ਬਾਹਲਾ ਹੁੰਦਾ ਤੂੰ ਇੱਥੇ 5-10 ਦਿਨ ਇੱਥੇ ਲਾ ਜਾ ਕਰ, ਦੱਸ ਆਰਾਮ ਕਰ ਜਾ ਕਰ। ਮੇਰੇ ਪੁੱਤ 5-10 ਦਿਨ ਤਾਂ ਹੁਣ ਮੈਂ ਇਰਾਦਾ ਬਣਾ ਕੇ ਆਈ ਆ, ਨੇ ਉੱਥੇ ਤੇਰੀ ਅੰਬੋ ਨੇ ਨਾ ਮੈਨੂੰ ਦੱਸ ਪਾਈ ਸੀ, ਕਹਿੰਦੀ ਇੱਥੇ ਪਿੰਡ ਕੋਈ ਦਵਾਈ ਦਿੰਦਾ ਗਾ ਆਪਣੇ ਗੋਡਿਆਂ ਦੀ ਗਠੀਏ ਦੀ ਦਵਾਈ। ਸਮਝ ਗਿਆ, ਆਪਣੇ ਉਧਰ ਹੈਗੇ ਆ, ਪਰਲੀ ਫਿਰਨੀ ਤੇ ਆ ਗਿਆ ਮੇਰੇ ਵੀ ਦਿਮਾਗ 'ਚ, ਪਹਿਲਾਂ ਮੇਰੇ ਵੀ ਦਿਮਾਗ 'ਚ ਹੈ ਨਹੀਂ ਸੀਗਾ। ਤੂੰ ਸੋਡੇ ਦਿਮਾਗ 'ਚ ਕਿਉਂ ਆਉਣਾ, ਤੁਸੀਂ ਤਾਂ ਆਪਣੀ ਮੈਨੂੰ ਦੱਸਦੇ ਵੀ ਕਿਤੇ ਬੁੜੀ ਸਾਡੇ ਕੋਲੇ ਨਾ ਆ ਜੇ। ਓਹੋ ਫਿਰ ਉਹੀ ਗੱਲ ਤਾਂ ਉੱਥੇ ਆ ਕੇ ਮੁੱਕਦੀ ਹੈ, ਜੇ ਕੋਈ ਤੁਸੀਂ ਫੋਨ ਕਰੋ ਪਤਾ ਲੱਗੇ ਸਾਨੂੰ ਵੀ ਆਹ ਤਕਲੀਫ ਆ ਤਾਂ ਉਹੋ ਜਿਹਾ ਅਸੀਂ ਵੀ ਹੱਲ ਕਰਦੇ। ਹੁਣ ਅੱਜ ਜਦੋਂ ਮੀਤ ਨੇ ਗੱਲ ਦੱਸੀ ਵੀ ਐਂ ਕਰਕੇ ਗੋਡੇ ਦੁਖੀ ਨੇ, ਮੇਰੇ ਵੀ ਉਦੋਂ ਔੜੀ ਸੀ ਹੁਣ ਔੜ। ਚੱਲ ਕੋਈ ਨਾ, ਤੂੰ ਇੱਥੇ ਤੁਸੀਂ ਰਹੋ, ਦਵਾਈ ਦਵਾ ਦਾਂਗੇ, ਐਡੀ ਕਿੱਡੀ ਕੁ ਗੱਲ ਆ। ਉਹ ਤਾਂ ਕੋਈ ਨਾ, ਮੈਂ 10-15 ਦਿਨ ਤਾਂ ਲਾਊਂਗੀ ਹਲੇ, ਛੇਤੀ ਨੀ ਮੈਂ ਜਾਂਦੀ, ਮੈਨੂੰ ਆਇਆ ਚੱਲ ਉਰੇ ਮੇਰਾ ਜਿਹੜਾ ਹੈਗਾ ਆਪਣੇ ਯਜਮਾਨਾਂ ਨਾਲ ਰਹਿ ਜੂਗਾ, ਤੈਨੂੰ ਪਤਾ ਉਹ ਦੁੱਧ ਦੀ ਘੁੱਟ ਚੋਂਦੇ ਨੇ ਤਾਂ ਆਪਦੀ ਲੈ ਕੇ ਬਾਲਟੀ ਉੱਧਰ ਹੀ ਵੜ ਜਾਂਦੇ ਨੇ, ਆਏ ਨੀ ਵੀ ਘੁੱਟ ਦੇ ਦਈਏ, ਉਹਦੇ ਨਾਲ ਆਈ ਗੱਲ ਆ ਜੇ ਘੁੱਟ ਪੀਊਂਗੀ ਤਾਂ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ, ਨਹੀਂ ਆ ਕੇ ਬੁਢਾਪੇ ਵੇਲੇ ਤਾਂ ਹੱਡੀਆਂ ਵੀ ਸਾਥ ਸੜ ਜਾਂਦੀਆਂ ਨੇ। ਉਹ ਗੱਲ ਤਾਂ ਠੀਕ ਆ, ਚੱਲ ਹੁਣ ਉਹਨਾਂ ਦੀ ਸੋਚ ਆ, ਮੈਂ ਉਹਨਾਂ 'ਤੇ ਮੈਂ ਕੀ ਕਰ ਸਕਦਾ। ਚਲੋ ਤੁਸੀਂ ਇੱਥੇ ਰਹੋ, ਆਰਾਮ ਕਰਿਓ, ਵਧੀਆ ਆਪਦਾ ਇੱਥੇ ਰੈਸਟ ਕਰੋਗੇ, ਨਾਲੇ ਦਵਾਈ ਇੱਥੇ ਲਓਗੇ, ਆਰਾਮ ਜਦੋਂ ਦਵਾਈ ਦੇ ਨਾਲ ਆਰਾਮ ਮਿਲਿਆ ਨਾ ਵੱਧ ਅਸਰ ਕਰੂਗੀ ਦਵਾਈ। ਹਾਂ ਪੁੱਤ ਉਹ ਤਾਂ ਠੀਕ ਆ। ਚਾਹ ਚੱਕ ਲਓ ਤੁਸੀਂ। ਚਾਰ ਕੱਪਾਂ 'ਚ ਕੀ ਨੀ ਪਾ ਲਈ ਮਾਂ, ਚਾਰਾਂ 'ਚ ਆਪਾਂ ਚਾਰ ਜਣੀ ਆ ਘਰੇ, ਆਪਾਂ ਵੀ ਬਾਈ ਆ। ਹਾਂ ਤੂੰ ਐਂ ਕਰ ਮੀਤ, ਬਾਈ ਨੂੰ ਸੱਦ ਲਿਆਉਂਦੀ ਚਾਹ ਪੀ ਲੈਂਦਾ। ਹਾਂਜੀ ਲੈ ਆਉਣੀ ਆ ਬਾਈ ਨੂੰ। ਬਾਈ ਨੂੰ ਤਾਂ ਉੱਧਰ ਹੀ ਚਾਹ ਫੜਾ ਦੇ ਤੇਰੇ ਨੂੰ। ਮਾਂ ਉੱਧਰ ਬਾਈ ਨੂੰ ਚਾਹ ਕਿਵੇਂ ਫੜਾ ਦਾ, ਇੰਨੀ ਗਰਮੀ ਆ ਉੱਥੇ, ਇੱਥੇ ਬਾਈ ਹਵਾ ਲੈ ਲੂਗਾ ਠੰਡੀ। ਉਹ ਤਾਂ ਮੈਂ ਤਾਂ ਐਂ ਕਹਿ ਲਿਆ ਉਹ ਗਰਮ ਸਰਦ ਨਾ ਹੋ ਜੇ। ਮਾਂ ਦਾ ਗਰਮ ਸਰਦ ਫਿਰ ਇਹ ਵੀ ਹੋਣਗੇ, ਇਹ ਵੀ ਤਾਂ ਬਾਹਰੋਂ ਆਏ ਨਾਲ। ਉਹ ਸਾਨੂੰ ਆਦਤ ਪਈ ਹੋਈ ਆ ਮਾਂ, ਅਸੀਂ ਨਹੀਂ ਗਰਮ ਸਰਦ। ਜਾ ਤੂੰ ਬਾਈ ਨੂੰ ਸੱਦ ਲੈ ਜਾ ਕੇ। ਹਾਂ ਪੁੱਤ ਇਹ ਤਾਂ ਗੱਲ ਠੀਕ ਆ, ਅਸੀਂ ਤਾਂ ਨਾ ਇਕੱਠੇ ਬਹਿ ਕੇ ਖਾਂਦੇ ਪੀਂਦੇ ਆ, ਤਾਂ ਕਰਕੇ ਮੈਂ ਲੈ ਕੇ ਆਉਣੀ ਆ ਬਾਈ। ਬਾਕੀ ਉਹ ਤਾਂ ਬਾਲਾ ਆਪਦੀਆਂ ਕੁੜੀਆਂ ਵਾਂਗੂ ਸਮਝਦਾ, ਭੈਣਾਂ ਵਾਂਗੂ ਸਮਝਦਾ, ਬਾਲਾ ਹੀ ਮੋਹ ਕਰਦਾ ਉਹੀ ਗੱਲ ਆ। ਪੁੱਤ ਚੱਲ ਮਰਜ਼ੀ ਆ ਤੇਰੀ, ਮੋਹ ਤਾਂ ਕੇ ਕਾਹਨੂੰ ਕੋਈ ਕਰਦਾ ਹੁੰਦਾ ਹੈ, ਉਹਦੇ ਪਤਾ ਲੱਗੂ ਜਦੋਂ ਤੈਨੂੰ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਸਿੱਟਤਾ। ਉਹ ਐ ਨਹੀਂ ਹੁੰਦਾ ਹੈਗਾ, ਸਾਡੇ ਦੋਨੇ ਭਰਾਵਾਂ 'ਚ ਤਾਂ ਨਾ ਬਾਲਾ ਮੋਹ ਪਿਆਰ, ਅਸੀਂ ਹੋਰਾਂ ਵਾਂਗੂ ਨਹੀਂ ਹੈਗੇ। ਜਿਵੇਂ ਹੁਣ ਤੁਸੀਂ ਆਪਦੇ ਮੁੰਡੇ ਦੀ ਗੱਲ ਦੱਸੀ ਹੈ ਨਾ, ਇਸ ਤਰ੍ਹਾਂ ਸਾਡੇ ਘਰ 'ਚ ਨਹੀਂ ਚੱਲਦਾ ਹੈਗਾ। ਬਾਲਾ ਵਧੀਆ ਕਾ ਉਹ ਆ ਸੁਭਾਅ ਬਾਈ ਦਾ, ਉਹ ਤਾਂ ਪੂਰਾ ਤੁਸੀਂ ਚਾਹ ਪੀਓ, ਬਾਕੀ ਗੱਲਾਂ ਬਾਅਦ 'ਚ ਕਰੋਗੇ। ਉਹੀ ਨਾ ਤੁਹਾਡੇ ਦਿਮਾਗ 'ਚ ਉਹ ਹੁੰਦਾ ਵੀ ਉੱਥੇ ਤੁਹਾਡਾ ਮੁੰਡਾ ਲੜਦਾ ਰਹਿੰਦਾ, ਵੀ ਸਾਰੇ ਘਰਾਂ 'ਚ ਇਹੀ ਹਾਲ ਹੋਊਗਾ, ਟੈਨਸ਼ਨ ਫਰੀ ਹੋ ਜਾਓ। ਬਾਕੀ ਤੁਸੀਂ ਕੋਈ ਨਾ ਹੁਣ ਇੱਥੇ ਬੈਠੋਗੇ, ਬਾਈ ਦਾ ਸੁਭਾਅ ਦਾ ਵੀ ਪਤਾ ਲੱਗੂਗਾ, 10-15 ਦਿਨ ਰਹੋਗੇ ਨਾ, ਇੰਨੇ ਦਿਨ ਤਾਂ ਤੁਸੀਂ ਕਦੇ ਰਹੇ ਨਹੀਂ ਹੈਗੇ, ਅਤੇ ਜਦੋਂ ਹੁਣ ਰਹੋਗੇ ਨਾ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਦਾ ਸੁਭਾਅ ਤਾਂ ਬਾਹਲਾ ਵਧੀਆ। ਚੱਲ ਚਾਹ ਪੀਓ ਤੁਸੀਂ, ਮੈਂ ਤਾਂ ਊਂ ਕਹਿਤਾ ਮੇਰੀ ਗੱਲ ਦਾ ਗੁੱਸਾ ਵੀ ਨਾ ਕਰ ਜੇ। ਓਹੋ ਵੱਡਿਆਂ ਦੀਆਂ ਗੱਲਾਂ ਦਾ ਕਾਹਦਾ ਗੁੱਸਾ ਹੁੰਦਾ। ਹਜੇ ਝੋਨਾ ਤਾਂ ਨਹੀਂ ਲਾਉਣ ਲੱਗੇ ਪੁੱਤ? ਬਸ ਇੱਕ ਅੱਧੇ ਦਿਨ 'ਚ ਲੱਗਦੇ ਆ, ਹੋ ਸਕਦਾ ਕੱਲ ਨੂੰ ਲੱਗ ਪਾਂਗੇ, ਅੱਜ ਕੱਦੂ ਹੋ ਜਾਊਗਾ ਤੇ ਕੱਲ ਨੂੰ ਬਸ ਲਵਾ ਦਾ। ਕੁੜੇ ਚਾਹ ਤਾਂ ਤੇਰੀ ਜਮਾ ਠੰਡੀ ਹੋ ਗਈ। ਕੋਈ ਨਹੀਂ ਮਾਂ ਪੀਨੀ ਆ। ਤੇ ਬਾਈ ਆਇਆ ਨਹੀਂ ਹੈਗਾ? ਆਉਂਦੇ ਆ ਬਸ। ਅੱਛਾ, ਮੈਂ ਕਹਿ ਦੇ ਦੀ ਨਾ ਚਾਹ ਠੰਡੀ ਹੋ ਜੂ, ਕਦੋਂ ਦੀ ਪਾਈ ਪਈ ਆ, ਏਸੀ ਚੱਲੀ ਜਾਂਦਾ ਇੱਥੇ। ਆ ਗਏ ਬਸ। ਸੇਵਾ ਸੀ।
ਬਸ ਮੈਂ ਤਾਂ ਚਾਹ ਪੀ ਕੇ ਜਾਂਦਾ। ਮੈਂ ਤਾਂ ਇਹ ਕਹਿੰਦਾ ਸੀ ਬਾਈ ਮਾਂ ਨੂੰ ਨਾ ਉਹ ਦਵਾਈ ਦਵਾਉਣੀ ਸੀ ਗੋਡਿਆਂ ਦੀ, ਗਠੀਆ ਜੀ ਹੋਈ ਪਈ ਆ ਆਪਣੇ, ਉਹ ਪਰਲੀ ਫਿਰਨੀ ਤੇ ਨੀ ਦਵਾਈ ਜੀ ਦਵਾਉਂਦੇ ਹੈਗੇ? ਮੈਂ ਕਹਿੰਦਾ ਉਹਨਾਂ ਨੂੰ ਜਾ ਕੇ ਦਵਾਈ ਦਵਾ ਲਿਆਉਂਦੇ। ਬਾਰੀ ਨੀ ਆਉਂਦੀ ਮੰਨ ਕੇ ਚੱਲ, ਸੁਨੇਹਾ ਜਾਣਾ ਪਊਗਾ ਕੁੜੀਏ, ਚੱਲ ਉਹ ਤਾਂ ਕੋਈ ਗੱਲ ਨੀ, ਜੇ ਤੂੰ ਝੋਨਾ ਆਪਾਂ ਲਵਾ ਲੇਗਾ ਮੈਂ ਤੜਕੇ ਦਵਾ ਲਊਗਾ। ਹਾਂ ਫਿਰ ਤੂੰ ਬਾਈ ਬਗ ਜੀ ਮਾਂ ਨੂੰ ਦਵਾਈ ਦਵਾ ਲੇ, ਰੋਟੀਆਂ ਲੰਘਦੀਆਂ ਨੇਗੀਆਂ ਉੱਥੇ ਕੁਛ ਖਾ ਲਾਂਗੇ ਹੋਟਲ ਤੋਂ। ਹੋਟਲ ਤੋਂ ਖਾ ਲਿਓ ਸੱਚ, ਹੋਟਲ ਤੇ ਜਿਹੜੀਆਂ ਰੋਟੀਆਂ ਆਉਂਦੀਆਂ ਪਈਆਂ ਦਵਾਈਆਂ ਬਿਮਾਰ ਹੋ ਜਾਂਗੇ, ਇੰਨੀ ਗਰਮੀ ਹੈ, ਆਪਦੀ ਘਰ ਦੀ ਰੋਟੀ ਵਰਗੀ ਮੌਜ ਆ ਕਿਤੇ, ਚਾਰ ਰੋਟੀਆਂ ਦੋ ਖਾ ਕੇ ਉੱਥੇ ਖਾ ਲਾਂਗੇ, ਤੜਕੇ ਸੁਨੇਹਾ ਬਗ ਚੱਲਾਂਗੇ, ਉਹਦੇ ਬਾਅਦ ਚਾਰ ਨਾਲ ਚਟਨੀ ਵੀ ਲੈ ਚੱਲਾਂਗੇ, ਦੋ ਚੱਪ ਲਾਂਗੇ। ਇਹ ਗੱਲ ਤਾਂ ਸਹੀ ਆ, ਰੋਟੀਆਂ ਤਾਂ ਉਹੀ ਗੱਲ ਹੋਟਲ ਦੀਆਂ, ਮੈਂ ਦੇ ਦੀਆਂ ਰੋਟੀਆਂ ਹੁੰਦੀਆਂ ਮਾਂ, ਐਵੇਂ ਪਹਿਲਾਂ ਬਿਮਾਰ ਤੂੰ ਹੈਗੀ ਆ ਹੋਰ ਬਿਮਾਰ ਹੋ ਜਾਏਗੀ। ਕੋਈ ਗੱਲ ਨਹੀਂ, ਉਹ ਠੰਡੀਆਂ ਹੋ ਜਾਂਦੀਆਂ ਨੇ, ਠੰਡੀਆਂ ਹੋਈਆਂ ਲੰਘਦੀਆਂ ਵੀ ਨਹੀਂ। ਕੋਈ ਨਹੀਂ ਮਾਂ, ਉਹ ਪਾਈ ਉਹ ਤਾਂ ਠੰਡੀਆਂ ਚੰਗੀਆਂ, ਉਹਨਾਂ ਨੂੰ ਤਾਂ ਠੰਡੀਆਂ ਚੰਗੀਆਂ, ਆਪਦੀ ਘਰ ਦੀ ਚੀਜ਼ ਤਾਂ ਹੈਗੀ ਆ, ਦੇਖੀ ਭਾਈ ਭਾਈ ਆਟਾ ਉਹਦੇ ਕੋਲੋਂ ਪਿਆਇਆ ਹੋਇਆ, ਦੇਖਿਆ ਰਿਹਾ ਉੱਥੇ ਕੀ ਪਤਾ ਉਹਨਾਂ 'ਚ ਕੀ ਪਾਉਂਦੇ ਕਰਦੇ ਆ। ਚੱਲ ਕੋਈ ਨਾ ਤੂੰ ਸਦੇਹਾ ਰੋਟੀ ਲਾ ਦੇ। ਕੋਈ ਗੱਲ ਨਹੀਂ ਜੀ, ਮੈਂ ਰੋਟੀ ਪਕਾ ਦੂੰਗੀ, ਬਾਈ ਨੇ ਕਿਹਾ ਨਾ ਮੈਂ ਪਕਾ ਕੇ ਪੈਕ ਰੋਟੀ ਕਰ ਦੂੰਗੀ, ਤੇ ਹੁਣ ਵੀ ਮੈਂ ਨਾ ਜਾ ਕੇ ਰੋਟੀ ਬਣਾਉਣੀ ਹੈ ਜੀ। ਜਾ ਬਣਾ ਲਾ ਰੋਟੀ ਦਾ ਕਰ ਲਾ, ਹੋਰ ਲੈ ਜਾ ਭਾਂਡੇ। ਚੱਲ ਕੋਈ ਨਾ ਬਾਈ, ਮੈਂ ਫਿਰ ਨਾ ਚਾਹ ਪੀ ਕੇ ਜਾਣਾ ਤੇ ਉਧਰ ਫਿਰ ਕਿਹਾ ਹੋਣਾ ਉਹਨਾਂ ਨੂੰ ਨਾਲੇ, ਉਹਨਾਂ ਨੂੰ ਆਇਆ ਹੀ ਕੋਲੀ ਆ ਸੱਚ ਪੈਸੇ ਫੜ ਲੈਂਦਾ ਤੂੰ, ਰੱਖ ਲੈ ਪੈਸੇ ਤੂੰ, ਕਿਹੜਾ ਜਵਾਕ ਆ ਵੀ ਤਾਂ ਤੂੰ ਡਿੱਗ ਪੈਣ, ਉਹਨਾਂ ਨੂੰ ਪੈਸੇ ਫੜਾਈ ਸਾਈ ਫੜਾਈ ਦਾ 5-7000 ਰੁਪਏ ਦੇ ਆਈ, ਬਾਕੀ ਕੋਲੇ ਰੱਖ। ਮੈਨੂੰ ਐ ਦਾਦੇ 5000 ਫੜਾ ਕੇ ਆਵਾਂ ਕਿ 7000 ਫੜਾ ਕੇ ਆਵਾਂ? 5000 ਰੁਪਏ ਫੜਾਈ। ਚੱਲ ਠੀਕ ਆ ਫਿਰ, ਹਾਂ ਬਾਲੀ ਵੀ ਨਾ ਪਹਿਲਾਂ ਦੇ, ਫਿਰ ਮੁੜ ਕੇ ਤੈਨੂੰ ਪਤਾ ਹੋਰ ਪਾਸੇ ਭੱਜੇ ਆਂਦੇ, ਮੁੜ ਕੇ ਲਾਉਂਦੇ ਨਹੀਂ ਕਰਦੇ ਨਹੀਂ, ਫਿਰ ਔਖਾ ਹੋ ਜੂ, ਬਾਅਦ ਚ ਦੇਵਾਂਗੇ ਹਿਸਾਬ ਕਰਕੇ। ਚੱਲ ਕੋਈ ਨਾ ਫਿਰ ਮੈਂ ਫੜ 5000 ਰੁਪਏ ਫੜਾਉਂਗਾ, 5000 ਰੁਪਏ ਫੜਾਈ ਉਸ ਕੱਲ ਨੂੰ, ਤੈਨੂੰ ਪਤਾ ਦਵਾਈ ਆਪਾਂ ਤੇ ਲੱਗਾਂਗੇ ਕੋਲੇ ਰੱਖੀ ਰੁਪਏ। ਕੋਈ ਨਾ ਕੋਈ ਨਾ ਬਾਈ, ਦੇਖ ਲਾ ਕਿਵੇਂ ਰੂਹ ਮਾਰਦਾ ਮੇਰੇ ਜਮਾਈ 'ਤੇ, ਵੱਡਾ ਬਣਿਆ ਫਿਰਦਾ, ਜਮਾਈ ਤਾਂ ਮੇਰਾ ਅੱਧਾ ਹੋ ਗਿਆ, ਇਹ ਦੇਖ ਲਾ ਸਾਣ ਮੰਗੂ ਹੋਇਆ ਪਿਆ, ਖਵਾਈ ਜਾਂਦੀ ਹੈ ਇਹਨੂੰ ਸਾਰਾ ਦਿਨ, ਨਾ ਕੁੜੀ ਮੇਰੀ ਸੌਂਦੀ ਆ, ਹੁਣ ਜਮਾਈ ਨੂੰ ਤਾਂ ਮੈਂ ਆਪਦੇ ਨੂੰ ਕੀ ਕਹਾਂ ਵਿਚਾਰੇ ਨੂੰ, ਇਹ ਤਾਂ ਭੋਲਾ ਗਾ, ਇਹ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲਾ, ਇਹਨੂੰ ਦੇਖ ਲਾ ਸ਼ਰਮ ਨਹੀਂ ਆਉਂਦੀ ਹੈਗੀ ਵੀ ਮੈਂ ਕੀ ਕਰਦਾਂਗਾ, ਹਜੇ ਹੋਟਲ ਵਾਲਿਆਂ ਨੂੰ ਨਿੰਦਦਾ, ਜਮਾਈ ਤਾਂ ਮੇਰਾ ਕਹਿੰਦਾ ਕਿ ਹੋਟਲ 'ਤੇ ਰੋਟੀ ਖਾ ਲਿਓ, ਇਹ ਵੱਡਾ ਆਪ ਹੀ ਬਣਿਆ ਫਿਰਦਾ ਗਾ। ਚੱਲ ਕੋਈ ਗੱਲ ਨਹੀਂ, ਕਰਕੇ ਜਾਊ ਹੱਲ, 15 ਦਿਨ ਹਜੇ ਮੈਂ ਇੱਥੇ ਹੀ ਹੈਗੀ। ਕੀ ਬੋਲੀਏ ਨੀ ਮਾਂ? ਮੈਂ ਪੁੱਤ ਕੁਛ ਨਹੀਂ ਬੋਲਦੀ, ਮੇਰੇ ਤਾਂ ਗੋਡੇ ਜੇ ਦੁਖਦੇ ਨੇ, ਬਸ ਆਈ ਗੱਲਾਂ ਕਰੀ ਜਾਂਦੇ ਹਾਂ ਵੀ ਇਹ ਗੋਡਿਆਂ ਦਾ ਬਣੂ ਕੀ, ਨਹੀਂ ਨਾ ਤੂੰ ਬਾਗ ਜਾ ਖੇਤ, ਤੇਰੇ 'ਤੇ ਉਹ ਰੋਬ ਮਾਰਦਾ ਸੀਗਾ, ਕਿਹੜੀ ਲੇਬਰ ਲੂਬਰ ਕੋਲੇ ਜਾਣਾ ਗਾ। ਨਹੀਂ ਨਹੀਂ ਰੋਬ ਤਾਂ ਨਹੀਂ ਮਾਰਦਾ ਹੈਗਾ, ਉਹ ਬਸ ਮੈਨੂੰ ਕਹਿੰਦਾ ਹੀ ਸੀਗਾ, ਉਹਨੇ ਮੈਨੂੰ ਪਹਿਲਾਂ ਕਿਹਾ ਸੀ ਮੈਂ ਇੱਥੇ ਬਹਿ ਗਿਆ। ਚੱਲ ਮੈਂ ਤਾਂ ਜਾਂਦਾ, ਕੋਈ ਗੱਲ ਨਹੀਂ, ਅਤੇ ਹੋਰ ਉਹਨਾਂ ਨੂੰ ਵੀ ਪੈਸੇ ਫੜਾ ਕੇ ਆਉਣੇ ਆ ਨਾ, ਫਿਰ ਹੀ ਝੋਨਾ ਲੱਗੂਗਾ ਕੱਲ੍ਹ ਨੂੰ। ਦੇਖ ਲਾ ਜਿਹਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ ਉਹ ਵੱਡਾ ਪ੍ਰਧਾਨ ਬਣਾਇਆ ਵੈ ਪਿਆ ਗਾ, ਇਹ ਪੜ੍ਹਿਆ ਲਿਖਿਆ ਹੈ, ਇਹ ਪੁੰਜੇ ਲਾ ਰੱਖਿਆ ਇਹਨਾਂ ਨੇ, ਇਹ ਤਾਂ ਮੂਹਰੇ ਲਾ ਲਿਆ ਇਹਨੇ, ਦੇਖ ਲਾ ਆ ਕੇ ਉਹਨੇ ਜੋਗਰਾ ਹੈ ਹੀ ਨਹੀਂ ਜਿੱਡੇ ਉਹ ਲੱਛਣ ਕਰਦਾ, ਨਹੀਂ ਐਂ ਵੀ ਕਹਿ ਸਕਦਾ ਸੀ ਐਂ ਕਰ ਮਾਂ ਨੂੰ ਤੂੰ ਦਵਾਈ ਦਵਾ ਲਿਆ, ਮੈਂ ਆ ਕੇ ਝੋਨਾ ਲਵਾ ਲੈਂਦਾ,
ਇਹਨੂੰ ਪਰ ਕੀ ਹੈ, ਇਹਨੂੰ ਤਾਂ ਐਂ ਵੀ ਮੈਨੂੰ ਫੇਰਾ ਤੋਰਾ ਹੋਵੇ। ਚੱਲ ਮੇਰੀ ਕੁੜੀ ਨਾਲ ਕਰਦੀ ਆ ਗੱਲ, ਪਰ ਉਹ ਵੀ ਕਿੱਥੇ ਸੁਣਦੀ ਆ ਕਿਸੇ ਦੀਆਂ, ਉਹ ਵੀ ਆਪਦੀਆਂ ਮਾਣਾਈਆਂ ਕਰਦੀ ਆ, ਮੀਰਾ ਬਾਈ ਮੀਰਾ ਬਾਈ। ਬਾਈ ਦੱਸ ਤੁਹਾਨੂੰ ਕਿਧਰੇ ਲਹਿਰਾ ਕਮਾ ਕੇ ਦਿੰਦਾ, ਬਣਾ ਜਾਵਾਂ ਉਹਨਾਂ ਨਾਲ ਕਰਦੀ ਆ ਗੱਲ। ਆਏ ਹਾਏ ਕੰਮ ਮੱਚਣਾ, ਗੋਡੇ ਨੂੰ ਪਤਾ ਨਹੀਂ ਕੀ ਮੱਚ ਜਾਂਦਾ, ਇਹ ਚ ਕੜਕੀ ਜਿਹੀ ਫਸ ਜਾਂਦੀ ਹੈਗੀ। ਆਏ ਹਾਏ ਰੱਬਾ ਵੇ, ਤਾਂ ਬਾਹਲੀ ਦੁਖੀ ਜਾਂਦੇ ਨੇ। ਓਹੋ ਲੈ ਮਾਂ ਨੂੰ ਵੀ ਨਾ ਭੁੱਖ ਲੱਗੀ ਹੋਣੀ ਹੈ, ਵਿਚਾਰੀ ਕਿਹੜੇ ਵੇਲਿਆਂ ਦੀ ਆਈ ਹੈ, ਕੇਰਾ ਮੈਂ ਚਾਹ ਦੇ ਕੇ ਵਿਚਾਰੀ ਨੂੰ ਟਕਾ ਜਾ ਕਰਤਾ। ਚੱਲ ਮੈਂ ਨਾ ਕੱਦੂ ਧਰ ਲੈਂਦੀ ਹਾਂ ਦੁਪਹਿਰੇ, ਹੱਥ ਨੇ ਕੋਈ ਚੱਜ ਦੀ ਸਬਜ਼ੀ। ਮੀਤੇ ਹਾਂ ਵਾਂ, ਨਹੀਂ ਕੀ ਕਰੀ ਜਾਂਦੇ ਆ ਕੁੜੇ? ਕੁਛ ਨਹੀਂ ਮਾਂ, ਆਹੀ ਬਸ ਆਪਣੀ ਸਬਜ਼ੀ ਰੋਟੀ ਦੀ ਤਿਆਰੀ, ਤੈਨੂੰ ਭੁੱਖ ਲੱਗੀ ਹੋਣੀ ਹੈ ਨਾ। ਨਹੀਂ ਕੁੜੇ ਭੁੱਖ ਤਾਂ ਮੇਰੀ ਮਰ ਗਈ, ਭੁੱਖ ਤਾਂ ਮੈਨੂੰ ਬਥੇਰੀ ਲੱਗੀ ਸੀਗੀ। ਕਿਉਂ ਮਾਂ ਤੇਰੀ ਭੁੱਖ ਕਿਉਂ ਮਰ ਗਈ? ਲੈ ਤੁਸੀਂ ਉਹ ਜਿਹੜਾ ਮੂਹਰੇ ਆ ਕੇ ਲਾੜਾ ਰੱਖ ਰੱਖਿਆ ਗਾ। ਮਾਂ ਕਿਹੜਾ ਲਾੜਾ, ਕਿਹਦੀਆਂ ਗੱਲਾਂ ਕਰੀ ਜਾਂਦੀ ਆ ਤੂੰ? ਕਿਹਦੀਆਂ ਕਰਦੀ ਆ? ਤੇਰੇ ਜੇਠ ਦੀਆਂ। ਮੇਰੇ ਜੇਠ ਦੀਆਂ ਮਾਂ ਐਂ ਕਿਉਂ ਬੋਲੀ ਜਾਂਦੀ ਆ ਉਹਨੂੰ ਫਿਰ? ਨਹੀਂ ਕੁੜੇ ਬੋਲਣਾ ਨੀ, ਤੂੰ ਆਪ ਹੀ ਸਿਆਣੀ ਆ ਗੀ, ਮੂਹਰੇ ਲੈ ਮੇਰੇ ਜਮਾਈ ਤੇ ਇੰਨਾ ਨਾ ਰੋਬ ਮਾਰਦਾ ਉਹ। ਨਹੀਂ ਨਹੀਂ ਮਾਂ, ਉਹ ਕੋਈ ਰੋਬ ਨੀ ਮਾਰਦਾ, ਬਾਈ ਦਾ ਸਵਾਈ ਆਇਆ, ਉਹ ਬੋਲਦੇ ਹੀ ਆਇਆ। ਮੇਰੀ ਗੱਲ ਸੁਣ, ਮੀਰਾ ਜਮਾਈ ਪੜ੍ਹਿਆ ਲਿਖਿਆ ਹੈ, ਉਹਨੂੰ ਕੀ ਨੀ ਆਉਂਦਾ ਹੈਗਾ? ਮੈਂ ਪੜ੍ਹੇ ਲਿਖੇ ਮਾਰੀ ਰਿਸ਼ਤਾ ਕੀਤਾ ਸੀ ਵੀ ਮੂਹਰੇ ਇਹ ਰਹੂ, ਮੈਨੂੰ ਕੀ ਪਤਾ ਵੀ ਮੂਹਰੇ ਉਹ ਲੱਗ ਜੂਗਾ, ਮੈਨੂੰ ਇਹ ਗੱਲ ਦਾ ਜਵਾਬ ਦੇ, ਦੱਸ ਕਿਉਂ? ਫੇਰ ਕਿੱਡੀ ਗੱਲ ਆ ਮਾਂ, ਜੇ ਉਹ ਪੜ੍ਹਿਆ ਲਿਖਿਆ, ਦੇਖ ਬਾਈ ਤੈਨੂੰ ਕੱਲ ਨੂੰ ਦਵਾਈ ਦਵਾ ਲਿਓ, ਉਹ ਖੇਤ ਸਾਂਭ ਲੈਣਗੇ, ਨਾਲੇ ਮਾਂ ਸਾਰੀ ਕਬੀਲਦਾਰੀ ਨਾ ਬਾਈ ਦੇ ਹੱਥ ਆ। ਮੇਰੀ ਗੱਲ ਸੁਣ, ਦੁੱਖ ਤਾਂ ਮੈਨੂੰ ਇਸੇ ਗੱਲ ਦਾ ਮਾਰਦਾ ਵੀ ਕਬੀਲਦਾਰੀ ਉਹਦੇ ਹੱਥ ਹੈਗੀ, ਜੇ ਕੱਲ ਨੂੰ ਮੈਂ ਮਰ ਗਈ ਨਾ, ਮੈਂ ਤਾਂ ਸਿਵਿਆਂ 'ਚ ਪਈ ਤੜਫੀ ਜਾਊਂਗੀ ਵੀ ਕਬੀਲਦਾਰੀ ਉਹਦੇ ਹੱਥ ਆ। ਇਹੋ ਜਿਹੇ ਦਾ ਕੀ ਪਤਾ, ਨੀ ਧੀਏ ਬਾਹਰ ਇਹੋ ਜਿਹਾ ਤੀਵੀਂ ਰੱਖ ਲਏ, ਪੁੱਤ ਦੇ ਤਾਂ ਮੇਰੇ ਇਹੋ ਜਿਹੇ ਦੇ ਜਮਾਈ ਭਾਈ ਦੇ ਤਾਂ ਕੱਪੜੇ ਨਹੀਂ ਪਾਏ ਹੋਏ, ਉਹਦੇ ਦੇਖ ਚੜ੍ਹਦੇ ਤੋਂ ਚੜ੍ਹਦੇ ਕੱਪੜੇ ਪਾਏ ਨੇ, ਚੰਗੀਆਂ ਬੋਦੀਆਂ ਬਾਹੀਆਂ ਨੇ ਹੈਂ, ਅਤੇ ਉਹ ਤਾਂ ਐਂ ਫਿਰਦਾ ਲਹਿੰਦਾ ਲਹਿੰਦਾ ਆਖੇ, ਜਿਹਦੇ ਤੀਵੀਂ ਹੈਗੀ ਉਹਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ। ਮਾਂ ਦੇਖ ਜਦੋਂ ਸਾਨੂੰ ਲੋੜ ਹੁੰਦੀ ਹੈ ਨਾ, ਬਾਈ ਨੂੰ ਜਿਵੇਂ 100 ਰੁਪਈਆ ਵੀ ਮੰਗਦੀ ਹਾਂ ਤਾਂ ਮੈਨੂੰ 200 ਰੁਪਈਆ ਕੱਢ ਕੇ ਦਿੰਦਾ, ਤੂੰ ਤਾਂ ਉਹੀ ਬੋਲੀ ਜਾਂਦੀ ਹੈ। ਆਹ ਸੌਆਂ ਦੋਆਂ ਸੌਆਂ 'ਤੇ ਰਹੀ, ਕਦੇ 100 ਕਦੇ 200, ਇਸੇ 'ਤੇ ਫਰੀ ਜਾਈ, ਹਜ਼ਾਰਾਂ 'ਚ ਨਾ ਖੇਡੀ ਅਤੇ ਲੱਖਾਂ 'ਚ ਨਾ ਖੇਡੀ, ਚੰਗਾ ਇਹ ਤਾਂ 100-200 ਰੁਪਈਆ ਦੇ ਕੇ ਤੈਨੂੰ ਬੜਿਆ ਦਿੰਦਾ ਉਹ। ਧੀਏ ਮੇਰੀ ਗੱਲ ਸੁਣ ਲਾ, ਮੈਂ ਕੋਈ ਚੰਗੇ ਵਾਸਤੇ ਕਹਿ ਨਹੀਂ ਹੈਗੀ, ਆਕਰ ਨੂੰ ਹੱਥ ਮਾਰ ਲਾ, ਇਹੋ ਜਿਹੇ ਦਾ ਕੀ ਪਤਾ ਬਾਹਰ ਦੀ ਬਾਹਰ ਕੋਈ ਸਾਂਡਾ ਗਾਂਡਾ ਕਰ ਲਿਓ, ਫਿਰ ਦੋਨੇ ਫਿਰ ਉਹ ਡੰਡੇ ਵਜਾਉਂਦੇ। ਚੱਲ ਕੋਈ ਨਹੀਂ ਮਾਂ, ਮੈਂ ਨਾ ਉੱਧਰ ਜਾ ਕੇ ਸਬਜ਼ੀ ਬਣਾਉਣੀ ਆ, ਆਪਾਂ ਰੋਟੀ ਟੁੱਕ ਖਾਂਦੇ ਹਾਂ, ਚੰਗਾ? ਭੁੱਖ ਲੱਗੀ ਹੋਣੀ ਆ ਤੈਨੂੰ। ਲੱਗੀ ਹੋਣੀ ਆ ਮੈਨੂੰ ਭੁੱਖ, ਦੇਖ ਲਾ ਕਹਿੰਦੀ ਹਜੇ ਵੀ ਨਹੀਂ ਮੇਰੀ ਕੋਈ ਗੱਲ ਦਾ ਅਸਰ ਹੋਇਆ ਇਹਦੇ 'ਤੇ, ਇਹ ਨਹੀਂ ਕਰਦੀ ਹੈਗੀ, ਜਿੱਦੇ ਨਾ ਆ ਕੇ ਆਪਦੀਆਂ ਅੱਖਾਂ 'ਤੇ ਪੱਟੀਆਂ ਬੰਨਣ ਪਈਆਂ ਨਾ, ਉਹਦੇ ਪਤਾ ਲੱਗੂਗਾ। ਮੇਰਾ ਕਿਹਾ ਫੇਰ ਯਾਦ ਆਊਗਾ, ਜਦੋਂ ਮਾਂ ਅੱਖਾਂ ਮੀਚ ਗਈ ਉਦੋਂ ਕਿਹਾ ਕਰੂ, ਹਾਂ ਮੇਰੀ ਮਾਂ ਸੱਚੀਆਂ ਕਹਿੰਦੀ ਸੀ। ਇਹੋ ਜਿਹਿਆਂ ਦਾ ਕੀ ਪਤਾ ਹੁੰਦਾ, ਅੱਗੇ ਜਿਹਦੇ ਰੰਨ ਨਹੀਂ ਉਹਦੇ ਕੰਨ ਨਹੀਂ, ਬਾਹਰ ਕੋਈ ਤੀਵੀਂ ਰੱਖ ਲਈ ਫਿਰ ਫਿਰੀ ਜਾਈ ਇੱਥੇ ਭੌਂਕਦੀ, ਫਿਰ ਕਹੀ ਹਾਂ ਮਾਂ ਮੇਰੇ ਨਾਂ ਹੀ ਕਰਤਾ ਉਹਨੇ, ਮੈਨੂੰ ਇਹ 'ਚ ਹਿੱਸਾ ਨਹੀਂ ਦਿੱਤਾ। ਤੈਨੂੰ ਕੀ ਪਤਾ ਲੱਗਦਾ ਵੀ ਡੱਡਾ ਕਿੱਥੇ ਪਾਣੀ ਪੀਂਦੀਆਂ ਨੇ ਗੀਆਂ, ਫਿਰਦੀ ਹੈਗੀ। ਚੱਲ ਮੈਂ ਤਾਂ ਆਪ ਦੇਖਦੀ ਹੈਗੀ ਉਹਦੇ ਕੋਲ ਹੀ ਵਗ ਜਾਂਦੀ ਹਾਂ ਜੇ ਕੋਈ ਮੇਰੀ ਗੱਲ ਖਾਨੇ 'ਚ ਵਾੜੂਗੀ, ਪਰ ਮੈਨੂੰ ਨਹੀਂ ਲੱਗਦਾ ਵੀ ਆ ਕੇ ਪੱਥਰ 'ਤੇ ਬੂੰਦ ਪਈ ਜਿਹੋ ਜਿਹੀ ਨਾ ਪਈ, ਇਹ ਕੁੜੀ ਨਹੀਂ ਮੇਰੀ ਗੱਲ ਸੁਣਦੀ, ਮੈਂ ਤਾਂ ਉਹੀ ਆਣ ਪਟੱਕੇ ਗੋਡਿਆਂ ਦੀ ਦਵਾਈ ਲੈਣ ਆ ਗਈ। ਮੈਨੂੰ ਤਾਂ ਆ ਕੇ ਪਤਾ ਲੱਗਿਆ ਵੀ ਇਹਨਾਂ ਦੇ ਘਰ ਆਹ ਕੁਛ ਹੋਈ ਜਾਂਦਾ, ਵੀ ਵਿਆਹੀ ਤਾਂ ਮੈਂ ਬਾਂਟੂ ਨੂੰ ਆ ਗਈ, ਇਹ ਹੈਂ ਭੂਸ ਮਾਰਦਾ ਉਹ ਫਿਰਦਾ ਗਾ ਸਾਰਾ ਦਿਨ, ਆਪ ਚਾਹ ਫੜਾ ਦੇ ਉਹਨੂੰ ਵੀ ਨਹੀਂ ਸ਼ਰਮ ਆਉਂਦੀ ਬਾਂਟੂ ਨੂੰ, ਵੀ ਮਾਂ ਆਪਦੀ ਤੀਵੀਂ ਨੂੰ ਕਿਉਂ ਮੂਹਰੇ ਕਰਦਾ, ਵੀ ਕਿੱਥੇ ਤਾਂ ਤੂੰ ਆਪ ਚਾਹ ਪਾਣੀ ਫੜਾ ਇਹਦਾ ਮੱਥਾ ਡੁੰਮ,
ਮੇਰੀ ਧੀ ਨੂੰ ਹੀ ਉਹਦੇ ਆਲੇ ਦੁਆਲੇ ਫਿਰੀ ਜਾਂਦਾ ਗਾ। ਮੈਂ ਇਹਨੂੰ ਸਮਝਾ ਕੇ ਜਾਊਂ, ਉਹਨਾਂ ਚਿਰ ਮੈਂ ਵੀ ਨਹੀਂ ਹਟਦੀ। ਚੱਲ ਦਾਲ ਸਬਜ਼ੀ ਨੂੰ ਮੈਂ ਵੀ ਤੜਕਾ ਲਾ ਦਾਂ, ਮਾਂ ਨੂੰ ਵੀ ਭੁੱਖ ਲੱਗੀ ਹੋਣੀ ਆ। ਮਾਂ ਤਾਂ ਨਾ ਸੱਚੀ ਸਾਰਾ ਦਿਨ ਉਹੀ ਬੋਲੀ ਜਾਂਦੀ ਰਹਿੰਦੀ ਆ, ਪਰ ਮਨਾ ਉਹੀ ਵੀ ਕਿਉਂ ਬੋਲੀ ਜਾਂਦੀ ਆ। ਮਾਂ ਨੇ ਹੰਢਾਈਆਂ ਐਵੇਂ ਨਹੀਂ ਉਹਦੇ ਚਿੱਟੇ ਆ ਗਏ, ਜੇ ਮਾਂ ਨਾਲ ਬੀਤੀਆਂ ਤਾਂ ਹੀ ਮਾਂ ਮੈਨੂੰ ਸਮਝਾਉਂਦੀ ਆ। ਉਹ ਕਿਹੜਾ ਮੇਰੇ ਦੁਸ਼ਮਣ ਆ, ਕੁਛ ਚੰਗਾ ਹੀ ਚਾਹੁੰਦੀ ਆ ਮੇਰਾ, ਕਿਉਂਕਿ ਧੀ ਆ ਮੈਂ ਉਹਦੀ। ਕਿਹੜੀ ਮਾਂ ਦੀ ਧੀ ਤਾਂ ਮਾੜਾ ਚਾਹੁੰਦੀ ਹੁੰਦੀ ਆ। ਚੱਲ ਕੋਈ ਗੱਲ ਨਹੀਂ, ਅੱਜ ਰਾਤ ਨੂੰ ਨਾ ਮੈਂ ਕਰਦੀ ਹਾਂ ਸ਼ਾਮ ਨੂੰ ਇਹਦੇ ਨਾਲ ਗੱਲ। ਮੈਂ ਕਹੂੰਗੀ ਵੀ ਮੈਨੂੰ ਪੈਸੇ ਚਾਹੀਦੇ ਆ, 5,000 ਰੁਪਇਆ ਮੰਗ ਕੇ ਦੇਖੂੰਗੀ। ਕਹਿੰਦਾ ਸੀ 1,000 ਦੇਊਂਗਾ ਛੂਟ ਲਿਆਉਣ ਨੂੰ। ਛੂਟ ਮੈਂ ਕੀ ਕਰਨਾ, ਨਾਲੇ ਮੈਂ ਮੇਕਅਪ ਦਾ ਸਮਾਨ ਲਿਆਉਂਗੀ, ਨਾਲੇ ਛੂਟ ਲਿਆਉਂਗੀ, ਨਾਲੇ ਸੈਂਡਲ ਚੱਪਲ ਸੌ ਕੁਛ ਲਿਆਉਂਗੀ। ਮੈਂ ਵੀ ਆਪਦੇ 'ਤੇ ਖਰਚਾ ਕਰਾਂ ਪੈਸੇ, ਮੈਂ ਤਾਂ ਉਮਰ ਤੋਂ ਪਹਿਲਾਂ ਹੀ ਆਪਦੇ 'ਤੇ ਬੜੇ ਪਹਿਲੇ ਹੀ ਬੈਠੀ ਹਾਂ। ਮੈਂ ਤਾਂ ਕੋਈ ਸ਼ੋਪਿੰਗ ਕਰਨ ਹੀ ਨਹੀਂ ਜਾਂਦੀ ਜਿਵੇਂ ਲੋਕਾਂ ਦੀਆਂ ਬਾਹਾਂ ਜਾਂਦੀਆਂ ਨੇਗੀਆਂ। ਬਸ ਜਿਹੜਾ ਕੁਛ ਕਹਿੰਦੇ ਆ ਘਰੇ ਲਿਆ ਦਿੰਦੇ ਆ ਉਹੀ ਮੈਂ ਵਰਤੀ ਜਾਂਦੀ ਹਾਂ। ਆਖਰ ਨੂੰ ਹੱਕ ਤਾਂ ਮੇਰਾ ਵੀ ਜ਼ਿੰਦਗੀ 'ਚ ਆਉਣ ਦਾ ਕਰਦਾ ਹੀ ਆ। ਚੱਲ ਕੋਈ ਨਹੀਂ, ਹੁਣ ਮੈਂ ਐਂ ਕਰਦੀ ਹਾਂ, ਜੋ ਕੁਝ ਮੈਨੂੰ ਮਾਂ ਨੇ ਕਿਹਾ ਨਾ ਮੈਂ ਉਹੀ ਕਰਕੇ ਦੇਖਦੀ ਹਾਂ, ਫਿਰ ਦੇਖਦੀ ਹਾਂ ਮੈਨੂੰ ਕੀ ਕਹਿੰਦੇ ਆ। ਚੱਲ ਮਣਾ ਸਬਜ਼ੀ ਬਣਾਉਣਾ, ਆ ਕੁੱਕਰ ਜਿਹਾ ਵਿਹਲਾ ਕਰਾਂ ਪਹਿਲਾਂ ਤਾਂ, ਚੌਲ ਜੇ ਕੱਢ ਕੇ ਇਹ 'ਚ ਹੀ ਤੜਕਾ ਲਾ ਦੂੰਗੀ, ਛੇਤੀ ਬਣ ਜਾਊ।